कि कैप्टन अमरिंदर सिंह नूं कोई इस गल च नहीं हैगा कि बरगाड़ी मोर्चे दे विच बादल दल दे जिहड़े हथ ने उहदी करके इहनां नूं कोई सेक लाया जावे। उहदा जिहड़ा कैप्टन अमरिंदर सिंह दा एजेंडा ਉਹ ਸਿੱਧਾ ਸਿੱਧਾ ਜਿਹੀ ਆ ਵੀ ਆਪਾਂ ਆਪਦਾ 5 ਸਾਲ ਭੋਗ ਲਏ, ਹੁਣ 5 ਸਾਲ ਬਾਦਲ ਕੇ ਰਾਜ ਕਰਨ ਜਾਂ ਨਾ ਕਰਨ, ਪਰ 5 ਸਾਲ ਬਾਅਦ ਲੋਕਾਂ ਨੇ ਅੱਕ ਕੇ ਸਾਨੂੰ ਸੱਤਾ ਤੇ ਲੈ ਆਉਣਾ। ਜਿਹੜੀ ਕੈਪਟਨ ਸਰਕਾਰ ਨੇ ਵਾਅਦਾ ਕੀਤਾ ਸੀਗਾ ਕਿ ਅਸੀਂ ਘਰ ਘਰ ਨੌਕਰੀ ਦੇਵਾਂਗੇ, ਉਹਨਾਂ ਨੂੰ ਘਰ ਘਰ ਨੌਕਰੀ ਦੇਣ ਮੌਕੇ ਵੀ ਸਭ ਤੋਂ ਪਹਿਲਾਂ ਤਾਂ ਬੇਅੰਤੇ ਬੁੱਚੜ ਜਿਹੜਾ ਪੰਜਾਬ ਦਾ ਮੁੱਖ ਮੰਤਰੀ ਰਿਹਾ ਉਹਦਾ ਟੱਬਰ ਲੱਭਿਆ। ਪੰਜਾਬ ਦੀ ਧਰਤੀ ਸਿੱਖੀ ਨੂੰ ਸਮਰਪਿਤ ਆ। ਇਸ ਧਰਤੀ ਉੱਤੇ ਪਿਛਲੀਆਂ ਬਹੁਤ ਵੱਡੀਆਂ ਜਿਹੜੀਆਂ ਇਤਿਹਾਸਕ ਘਟਨਾਵਾਂ ਵਾਪਰੀਆਂ ਹੋਣਗੀਆਂ, ਪਰ ਜੇਕਰ ਆਪਾਂ ਧਿਆਨ ਨਾਲ ਨੀਝ ਨਾਲ ਦੇਖੀਏ ਤਾਂ ਗੁਰੂ ਨਾਨਕ ਪਾਤਸ਼ਾਹ ਤੋਂ ਪਹਿਲਾਂ ਕਿਸੇ ਇਹੋ ਜਿਹੀ ਸ਼ਖਸੀਅਤ ਦਾ ਸਾਨੂੰ ਨਾਂ ਨਹੀਂ ਦਿਖਦਾ ਜਿਹਨੇ ਪੰਜਾਬ ਦੇ ਵਜੂਦ ਨੂੰ, ਪੰਜਾਬ ਦੀ ਧਰਤੀ ਨੂੰ ਇਸ ਤਰੀਕੇ ਨਾਲ ਝੰਜੋੜਿਆ ਹੋ। ਤੇ ਉਸ ਮੌਕੇ ਬੇਅਦਬੀਆਂ ਕਰਨ ਵਾਲਿਆਂ ਦੀ ਰੱਜ ਕੇ ਹਮਾਇਤ ਸਰਕਾਰ ਕਰੇ ਤੇ ਉਹਨਾਂ ਨੂੰ ਸ਼ੈਲਟਰ ਦੇਵੇ, ਤੇ ਉਹ ਬੰਦੇ ਜਿਹੜੇ ਨੇ ਉਹਨਾਂ ਬਾਰੇ ਬੱਚਾ ਬੱਚਾ ਕਹਿ ਰਿਹਾ ਹੋਵੇ ਕਿ ਡੇਰਾ ਸਰਸਾ ਦੇ ਚੇਲੇ ਚਮਟਿਆਂ ਨੇ ਇਹ ਬੇਅਦਬੀਆਂ ਕੀਤੀਆਂ ਨੇ। ਬੁਰਜ ਜਵਾਹਰ ਕੇ ਤੋਂ 1 ਜੂਨ 2015 ਨੂੰ ਜਦੋਂ ਸਰੂਪ ਚੋਰੀ ਹੋਇਆ ਉਦੋਂ ਤੋਂ ਸਾਰਾ ਪੰਜਾਬ ਪਿੱਟ ਕੇ ਮਰ ਗਿਆ, ਪਰ ਬਾਦਲਕਿਆਂ ਨੇ ਸਾਰਾ ਜਿਹੜਾ ਧਿਆਨ ਆ ਉਹ ਹੋਰ ਪਾਸੇ ਰੱਖਿਆ। ਪੁਲਿਸ ਨੇ, ਸਰਕਾਰ ਨੇ ਕੁਛ ਨੀ ਕੀਤਾ ਕਿ ਵੱਡਾ ਬਾਦਲ ਤੇ ਛੋਟਾ ਬਾਦਲ ਤੇ ਹੋਰ ਜਿੰਨਾ ਇਹਨਾਂ ਦਾ ਲੌਂਗ ਲਾਣਾ ਉਹਨਾਂ ਸਾਰਿਆਂ ਨੇ ਰਲ ਕੇ ਕੀਤਾ ਕੀ ਆ ਬਈ ਡੇਰਾ ਸਰਸਾ ਵੱਲ ਨੂੰ ਤਾਂ ਬਿਲਕੁਲ ਨੀ ਧਿਆਨ ਦੇਣਾ। ਜਿਹੜੇ ਸਿੱਖ ਦੋਸ਼ੀਆਂ ਦੀ ਗ੍ਰਿਫਤਾਰੀ ਦੀ ਮੰਗ ਕਰਦੇ ਆ ਉਹਨਾਂ ਤੇ ਡਾਂਗਾ ਮਾਰੋ ਤੇ ਗੋਲੀਆਂ ਮਾਰੋ ਤੇ ਉਹਨਾਂ ਨੂੰ ਦਿਓ ਭਜਾ, ਤੇ 2000 ਸਿੱਖਾਂ ਦੇ ਮੁੰਡੇ ਫੜ ਕੇ ਉਹਨਾਂ ਉੱਤੇ ਮੁਕੱਦਮਾ ਦਰਜ ਕਰ ਦਿਓ ਕਿ ਬਾਦਲ ਪਰਿਵਾਰ ਨੂੰ ਚੰਗੀ ਤਰ੍ਹਾਂ ਪਤਾ ਸੀ ਕਿ ਡੇਰਾ ਸਰਸਾ ਦੀ ਕਰਤੂਤ, ਪਰ ਬਾਦਲ ਪਰਿਵਾਰ ਨੇ ਪੂਰਾ ਡਟ ਕੇ ਉਹਨਾਂ ਦਾ ਸਾਥ ਦਿੱਤਾ ਤੇ ਸਿੱਖ ਸੰਗਤਾਂ ਦੇ ਉੱਤੇ ਗੋਲੀ ਚਲਾਈ, ਲਾਠੀ ਚਲਾਈ। ਅਸੈਂਬਲੀ ਦੇ ਵਿੱਚ ਕਾਂਗਰਸ ਦੇ ਵੱਡੇ ਵੱਡੇ ਥੰਮ ਜਿਹੜੇ ਲੀਡਰ ਸੀਗੇ ਉਹ ਮਿੰਤਾ ਕਰਦੇ ਸੀਗੇ ਕਿ ਕੈਪਟਨ ਸਾਹਿਬ ਜਿਹੜੇ ਅਸਲ ਦੋਸ਼ੀ ਆ ਉਹਨਾਂ ਨੂੰ ਫੜ ਕੇ ਟੰਗ ਦਿਓ, ਕਿਉਂਕਿ ਇਹ ਸਾਰਿਆਂ ਨੂੰ ਹੀ ਪਤਾ ਸੀ ਕਿ ਸਿਆਸੀ ਤੌਰ ਦੇ ਉੱਤੇ ਇਹਦਾ ਬੜੇ ਵੱਡੇ ਅਰਥ ਨੇ। ਜੇਕਰ ਬਾਦਲ ਦਲ ਨੇ ਉਹ ਕਰਤੂਤ ਕੀਤੀ ਹੈ ਤਾਂ ਬਾਦਲ ਦਲ ਨੂੰ ਉਹਦਾ ਸੇਕ ਲੱਗਣਾ ਚਾਹੀਦਾ। ਉਹਨਾਂ ਨੂੰ ਚੰਗੀ ਤਰ੍ਹਾਂ ਪਤਾ ਸੀ ਕਿ ਕਰਤੂਤ ਇਹ ਜਿਹੜੀ ਬੇਅਦਬੀ ਦੀ ਆ ਕਿਹਨਾਂ ਨੇ ਕੀਤੀ ਆ, ਤੇ ਉਹਨਾਂ ਨੂੰ ਬਚਾਇਆ। TV 84 ਉੱਤੇ ਪ੍ਰੋਗਰਾਮ ਖਬਰ ਦੀ ਖਬਰ ਦੇਖ ਰਿਹਾ ਹੈ ਸਾਰੇ ਦਰਸ਼ਕਾਂ ਨੂੰ, ਮੈਂ ਸਰਬਜੀਤ ਸਿੰਘ ਘੁਮਾਣ ਫਤਿਹ ਅਰਜ ਕਰਦਾ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਅੱਜ ਪੁਲਿਸ ਦੇ ਇੱਕ ਵੱਡੇ ਸਾਬਕਾ ਅਧਿਕਾਰੀ ਕੁੰਵਰ ਵਿਜੇ ਪ੍ਰਤਾਪ ਸਿੰਘ ਨੇ ਆਮ ਆਦਮੀ ਪਾਰਟੀ ਜਿਹੜੀ ਆ ਉਹਦੇ ਵਿੱਚ ਸ਼ਮੂਲੀਅਤ ਕੀਤੀ। ਆਮ ਆਦਮੀ ਪਾਰਟੀ ਦੇ ਸੁਪਰੀਮੋ ਕੇਜਰੀਵਾਲ ਸਾਹਿਬ ਜਿਹੜੇ ਕਿ ਦਿੱਲੀ ਦੇ ਮੁੱਖ ਮੰਤਰੀ ਨੇ ਉਹ ਅੰਮ੍ਰਿਤਸਰ ਪਹੁੰਚੇ ਤੇ ਉਹਨਾਂ ਨੂੰ ਪਾਰਟੀ ਦੇ ਵਿੱਚ ਦਾਖਲਾ ਦਵਾਇਆ। ਇਹ ਇੱਕ ਸਧਾਰਨ ਘਟਨਾ ਵਾਂਗੂ ਸਧਾਰਨ ਗੱਲ ਨਹੀਂ ਹੈ, ਇਸ ਗੱਲ ਦੇ ਆਲੇ ਦੁਆਲੇ ਬੜਾ ਕੁਛ ਹੋਰ ਆ ਜਿਹਨੂੰ ਸਾਨੂੰ ਵਿਚਾਰਨਾ ਚਾਹੀਦਾ। ਪਹਿਲਾਂ ਇੱਕ ਹੋਰ ਖਬਰ ਜਿਹੜੀ ਆ ਉਹ ਵੀ ਸਾਂਝੀ ਕਰਨੀ ਬੜੀ ਜ਼ਰੂਰੀ ਹੈ ਕਿ 2 ਕੁ ਦਿਨ ਪਹਿਲਾਂ ਜਥੇਦਾਰ ਧਿਆਨ ਸਿੰਘ ਮੰਡ ਅਕਾਲ ਤਖ਼ਤ ਸਾਹਿਬ ਦੇ ਜਥੇਦਾਰ ਅਕਾਲ ਤਖ਼ਤ ਸਾਹਿਬ ਦੇ ਸਨਮੁੱਖ ਪਹੁੰਚੇ ਤੇ ਉਹਨਾਂ ਨੇ ਬਰਗਾੜੀ ਮੋਰਚਾ ਖਤਮ ਕਰਨ ਲਈ ਜਿੱਥੇ ਸੰਗਤਾਂ ਤੋਂ ਸਿੱਖ ਕੌਮ ਤੋਂ ਮਾਫ਼ੀ ਮੰਗੀ ਹੈ ਉੱਥੇ ਨਾਲ ਉਹਨਾਂ ਨੇ ਕਿਹਾ ਵੀ ਜਿਹੜੀ ਕੈਪਟਨ ਦੀ ਸਰਕਾਰ ਸੀਗੀ ਇਹਨਾਂ ਨੇ ਸਾਨੂੰ ਝਾਂਸਾ ਦੇਤਾ, ਉਹ ਸਾਨੂੰ ਝਾਂਸੇ ਵਿੱਚ ਫਸਾ ਕੇ ਇਹ ਜਿਹੜਾ ਮੋਰਚਾ ਸੀ ਉਹ ਖਤਮ ਕਰਵਾਤਾ ਤੇ ਅਸੀਂ ਭਰੋਸਾ ਕਰ ਬੈਠੇ, ਤੋ ਇਹਦੇ ਕਰਕੇ ਇਹ ਜਿਹੜਾ ਮੋਰਚਾ ਖਤਮ ਕਰਨਾ ਸੀਗਾ ਇਹਨਾਂ ਦੇ ਭਰੋਸੇ 'ਚ ਆ ਕੇ ਇਹ ਸਾਡੇ ਲਈ ਇੱਕ ਭੁੱਲ ਸਾਬਤ ਹੋਇਆ ਤੇ ਸਾਡੇ ਲਈ ਨਿਆਂ ਪ੍ਰਾਪਤੀ ਦਾ ਇੱਕ ਰਾਹ ਸੀਗਾ ਕਿ ਅਸੀਂ ਮੋਰਚਾ ਲਾਇਆ ਹੋਇਆ ਸੀ ਤੇ ਬਰਗਾੜੀ ਦੇ ਉਸ ਮੋਰਚੇ ਨੂੰ ਸਾਰੇ ਸਿੱਖ ਜਗਤ ਦੀ ਹੀ ਨਹੀਂ ਹੋਰ ਵੀ ਬਹੁਤ ਸਾਰੇ ਪਾਸਿਆਂ ਤੋਂ ਜਿਹੜੀ ਹਮਾਇਤ ਮਿਲੀ ਹੋਈ ਸੀ ਉਹ ਸਿਖਰਾਂ ਤੇ ਗਿਆ ਹੋਇਆ ਮੋਰਚਾ ਜਿਸ ਤਰੀਕੇ ਨਾਲ ਕੈਪਟਨ ਅਮਰਿੰਦਰ ਸਿੰਘ ਦੀ ਸਰਕਾਰ ਨੇ ਆਪਦੇ ਵਜ਼ੀਰ ਭੇਜੇ ਜਿਨ੍ਹਾਂ ਨੇ ਉੱਥੇ ਐਲਾਨੀਆ ਤੌਰ ਦੇ ਉੱਤੇ ਵੱਡੀਆਂ ਗੱਲਾਂ ਕਹੀਆਂ ਤੇ ਮੋਰਚਾ ਖਤਮ ਕਰਾਉਣ ਦੇ ਲਈ
ਮਾਹੌਲ ਤਿਆਰ ਕੀਤਾ, ਫਿਰ ਸਾਡੇ ਕੋਲ ਕਹਿੰਦੇ ਕੋਈ ਰਾਹ ਨਹੀਂ ਸੀ ਬਚਿਆ, ਉਹ ਅਸੀਂ ਯਕੀਨ ਕਰ ਬੈਠੇ ਤੇ ਇਹ ਸਾਡੀ ਭੁੱਲ ਸੀ। ਅੱਜ ਜਦੋਂ ਜਥੇਦਾਰ ਧਿਆਨ ਸਿੰਘ ਮੰਡ ਇਹ ਗੱਲਾਂ ਕਰਦੇ ਕਰਾਉਂਦੇ ਆ ਤਾਂ ਵੀ ਸਿੱਖ ਸੰਗਤਾਂ ਦਾ ਜਿਹੜਾ ਰੋਹ ਆ ਉਹ ਮੱਠਾ ਨਹੀਂ ਪੈ ਰਿਹਾ, ਗੁੱਸਾ ਜਿਹੜਾ ਹੈਗਾ ਉਹ ਹੋਰ ਜ਼ਿਆਦਾ ਚੜ੍ਹਦਾ ਹੈ, ਕਿਉਂਕਿ ਉਸ ਮੌਕੇ ਸਾਰੇ ਸਿੱਖ ਜਗਤ ਦੀਆਂ ਭਾਵਨਾਵਾਂ ਸਿਖਰ ਤੇ ਗਈਆਂ ਹੋਈਆਂ ਸੀ, ਉਹਨਾਂ ਨੂੰ ਨਿਰਾਸ਼ਾ ਵਿੱਚ ਬਦਲ ਦਿੱਤਾ ਗਿਆ ਜਦੋਂ ਇਹ ਮੋਰਚਾ ਬਿਨਾਂ ਕਿਸੇ ਵੱਡੀ ਪ੍ਰਾਪਤੀ ਦੇ ਖਤਮ ਕਰ ਦਿੱਤਾ ਗਿਆ। ਤੇ ਇਹੋ ਜਿਹੇ ਜ਼ਬਾਨੀ ਜਮ੍ਹਾਂ ਖਰਚ ਵਾਲੇ ਬਿਆਨ, ਇਹੋ ਜਿਹੀਆਂ ਗੱਲਾਂ ਤਾਂ ਲੀਡਰਾਂ ਲਈ ਕੋਈ ਬਾਹਲੀਆਂ ਵੱਡੀਆਂ ਨਹੀਂ ਹੁੰਦੀਆਂ। ਹੁਣ ਜਿਹੜੇ ਲੀਡਰ ਉੱਥੇ ਗਏ ਸੀ ਕਾਂਗਰਸ ਦੇ ਉਹ ਵੀ ਛਿੱਥੇ ਪਏ ਹੋਏ ਨੇ, ਪਰ ਕੈਪਟਨ ਅਮਰਿੰਦਰ ਸਿੰਘ ਨੇ ਉਹਨਾਂ ਨੂੰ ਪੂਰਾ ਵਰਤ ਕੇ ਉਹਨਾਂ ਨੂੰ ਉੱਥੇ ਭੇਜ ਕੇ ਮੁੜ ਕੇ ਜਿਹੜੀ ਪੱਤੇਬਾਜ਼ੀ ਖੇਡੀ ਆ ਉਹ ਹੁਣ ਨੰਗੀ ਹੋ ਚੁੱਕੀ ਆ। ਇਸ ਮੌਕੇ ਸਾਰਿਆਂ ਨੂੰ ਸਮਝ ਲੱਗ ਚੁੱਕੀ ਆ ਕਿ ਕੈਪਟਨ ਅਮਰਿੰਦਰ ਸਿੰਘ ਨੂੰ ਕੋਈ ਇਸ ਗੱਲ 'ਚ ਨਹੀਂ ਹੈਗਾ ਕਿ ਬਰਗਾੜੀ ਮੋਰਚੇ ਦੇ ਵਿੱਚ ਬਾਦਲ ਦਲ ਦੇ ਜਿਹੜੇ ਹੱਥ ਨੇ ਉਹਦੀ ਕਰਕੇ ਇਹਨਾਂ ਨੂੰ ਕੋਈ ਸੇਕ ਲਾਇਆ ਜਾਵੇ। ਉਹਦਾ ਜਿਹੜਾ ਕੈਪਟਨ ਅਮਰਿੰਦਰ ਸਿੰਘ ਦਾ ਏਜੰਡਾ ਉਹ ਸਿੱਧਾ ਸਿੱਧਾ ਜਿਹਾ ਹੀ ਆ ਵੀ ਆਪਾਂ ਆਪਦਾ 5 ਸਾਲ ਭੋਗ ਲਏ, ਹੁਣ 5 ਸਾਲ ਬਾਦਲ ਕੇ ਰਾਜ ਕਰਨ ਜਾਂ ਨਾ ਕਰਨ, ਪਰ 5 ਸਾਲ ਬਾਅਦ ਲੋਕਾਂ ਨੇ ਅੱਕ ਕੇ ਸਾਨੂੰ ਸੱਤਾ 'ਤੇ ਲੈ ਆਉਣਾ। ਅਸਲੀ ਪੰਜਾਬ ਦੀ ਜਾਂ ਭਾਰਤ ਦੀ ਜਿਹੜੀ ਸਿਆਸਤ ਵਾ ਉਹ ਇੱਥੇ ਕੁ ਘੁੰਮਦੀ ਆ। 5 ਸਾਲ ਇੱਕ ਪਾਰਟੀ ਨੂੰ ਸੱਤਾ ਦਿੱਤੀ ਜਾਂਦੀ ਆ ਲੋਕਾਂ ਵੱਲੋਂ ਦੁਖੀ ਹੋ ਕੇ ਪਹਿਲੀ ਪਾਰਟੀ ਤੋਂ, ਤੇ 5 ਸਾਲ ਉਹ ਪਾਰਟੀ ਆਪਦੀ ਮਨਮਰਜ਼ੀ ਕਰਦੀ ਆ, ਕੋਈ ਵਾਅਦਾ ਨਹੀਂ ਪੂਰਾ ਕਰਦੇ। ਜਦੋਂ 5 ਸਾਲ ਲੰਘ ਜਾਂਦੇ ਨੇ ਉਸ ਮੌਕੇ ਉਸ ਪਾਰਟੀ ਨੂੰ ਇਹ ਹੁੰਦਾ ਕਿ ਅਸੀਂ ਹੁਣ ਹਾਰਨਾ ਤਾਂ ਹੈਗਾ ਹੀ ਆ, ਪਰ ਸਾਨੂੰ ਬਹੁਤਾ ਕੋਈ ਮਲਾਲ ਨਹੀਂ, ਕਿਉਂਕਿ 5 ਸਾਲ ਬਾਅਦ ਇਹੀ ਲੋਕ ਸਾਨੂੰ ਬਾਜਿਆਂ ਗਾਜਿਆਂ ਨਾਲ ਫਿਰ ਸੱਤਾ ਦੁਬਾਰਾ ਦੇਣਗੇ। ਸੋ ਕੈਪਟਨ ਅਮਰਿੰਦਰ ਸਿੰਘ ਇਸ ਮੌਕੇ ਬਿਲਕੁਲ ਉਹਦੀ ਸਰਕਾਰ ਬਣਨ ਦੇ ਦੁਬਾਰਾ ਕੋਈ ਆਸਾਰ ਜਿਹੜੇ ਹੈਗੇ ਆ ਦਿਖਦੇ ਹੀ ਨਹੀਂ। ਉਹ ਹਰ ਕੰਮ ਕੀਤਾ ਜਾ ਰਿਹਾ ਜਿਹਦੇ ਨਾਲ ਲੋਕ ਕਾਂਗਰਸ ਨੂੰ ਵੋਟ ਨਾ ਪਾਉਣ। ਉਹਦੀ ਪਾਰਟੀ ਦੇ ਅੰਦਰ ਬੜਾ ਖਲਾਰਾ ਪਿਆ ਹੋਇਆ, ਚਾਹੇ ਉਹ ਪ੍ਰਗਟ ਸਿੰਘ ਆ, ਚਾਹੇ ਉਹ ਨਵਜੋਤ ਸਿੰਘ ਸਿੱਧੂ ਆ, ਤੇ ਚਾਹੇ ਕੋਈ ਹੋਰ ਲੀਡਰ ਨੇ, ਅੱਜ ਅਖਬਾਰ ਸਾਰੇ ਭਰੇ ਪਏ ਨੇ, ਸਾਰਿਆਂ ਦੇ ਬਿਆਨ ਆ ਰਹੇ ਨੇ ਕਿ ਕੈਪਟਨ ਅਮਰਿੰਦਰ ਸਿੰਘ ਨੇ ਜਿਹੜੀਆਂ ਆਪਦੇ ਕਈ ਕਾਂਗਰਸੀ ਵਿਧਾਇਕਾਂ ਦੇ ਪਰਿਵਾਰਕ ਮੈਂਬਰਾਂ ਨੂੰ ਜਿਹੜੀਆਂ ਨਿਯੁਕਤੀਆਂ ਦਿੱਤੀਆਂ ਨੇ, ਅਹੁਦੇਦਾਰੀਆਂ ਦਿੱਤੀਆਂ ਨੇ, ਵੀ ਉਹ ਬਿਲਕੁਲ ਗਲਤ ਹੈ। ਹੈਰਾਨੀ ਦੀ ਗੱਲ ਇਹ ਆ ਕਿ ਜਿਹੜੀ ਕੈਪਟਨ ਸਰਕਾਰ ਨੇ ਵਾਅਦਾ ਕੀਤਾ ਸੀਗਾ ਕਿ ਅਸੀਂ ਘਰ ਘਰ ਨੌਕਰੀ ਦੇਵਾਂਗੇ, ਉਹਨਾਂ ਨੂੰ ਘਰ ਘਰ ਨੌਕਰੀ ਦੇਣ ਮੌਕੇ ਵੀ ਸਭ ਤੋਂ ਪਹਿਲਾਂ ਤਾਂ ਬੇਅੰਤੇ ਬੁੱਚੜ ਜਿਹੜਾ ਪੰਜਾਬ ਦਾ ਮੁੱਖ ਮੰਤਰੀ ਰਿਹਾ ਉਹਦਾ ਟੱਬਰ ਲੱਭਿਆ। ਇਹਨਾਂ ਨੇ ਉਹਦੇ ਬੇਅੰਤ ਸਿੰਘ ਦੇ ਪਰਿਵਾਰ ਦੇ ਵਿੱਚੋਂ ਇੱਕ DSP ਭਰਤੀ ਕਰ ਲਿਆ। ਹੁਣ ਕਰੋੜਾਂ ਦੇ ਉਹਨਾਂ ਦੇ ਕਾਰੋਬਾਰ ਨੇ, ਪੰਜਾਬ ਨੂੰ ਲੁੱਟ ਲੁੱਟ ਕੇ ਖਾ ਗਏ ਇਹ ਲੋਕ, ਤੇ ਉਸ ਟੱਬਰ ਨੂੰ ਸਭ ਤੋਂ ਵੱਧ ਲੋੜਵੰਦ ਮੰਨਿਆ। ਜੇ ਉਹ ਇੰਨੇ ਲੋੜਵੰਦ ਨੇ ਤਾਂ ਮੈਨੂੰ ਤਾਂ ਇਉਂ ਲੱਗਦਾ ਕਿ ਪੰਜਾਬ ਦੇ ਜਿਹੜੇ ਸਿੱਖ ਜਾਂ ਹੋਰ ਬੇਰੁਜ਼ਗਾਰ ਨੌਜਵਾਨ ਨੇ ਇਹਨਾਂ ਨੂੰ ਪਿੰਡ ਪਿੰਡ ਦੇ ਵਿੱਚ ਸਪੀਕਰਾਂ ਦੇ ਉੱਤੇ, ਗੱਡੀਆਂ ਦੇ ਉੱਤੇ ਅਨਾਊਂਸਮੈਂਟ ਕਰਕੇ, ਅੰਨ ਜਲ ਇਕੱਠਾ ਕਰਕੇ, ਹੋਰ ਚੀਜ਼ਾਂ ਲੀੜੇ ਕੱਪੜੇ ਇਕੱਠੇ ਕਰਕੇ ਇਹ ਬਿਆਂਤੇ ਬੁੱਚੜ ਦੇ ਘਰੇ ਪਿੰਡ ਉੱਥੇ ਬਿਲਾਸਪੁਰ ਜਾਂ ਜਿੱਥੇ ਵੀ ਇਹਦਾ ਰਹਿੰਦੇ ਨੇ ਗੇ ਉੱਥੇ ਜਾ ਕੇ ਦੇਣੇ ਚਾਹੀਦੇ ਨੇ ਵੀ ਲਓ ਭਾਈ ਤੁਸੀਂ ਬੜੇ ਗਰੀਬ ਹੋ ਤੇ ਸਾਨੂੰ ਤਾਂ ਪਤਾ ਨਹੀਂ ਸੀ ਤੁਹਾਡੇ ਇੰਨੇ ਮਾੜੇ ਦਿਨ ਚੱਲਦੇ ਆ, ਤੇ ਗੁਰੂ ਦਾ ਖਾਲਸਾ ਬੜਾ ਖੁੱਲ੍ਹੇ ਦਾ ਲਾੜਾ, ਤੇ ਆ ਚੱਕੋ ਤੁਸੀਂ ਸਾਨੂੰ ਹੋਰ ਦੱਸੋ ਅਸੀਂ ਤੁਹਾਡੇ ਲਈ ਕੀ ਕਰ ਸਕਦੇ ਹਾਂ। ਸੋ ਕੈਪਟਨ ਅਮਰਿੰਦਰ ਸਿੰਘ ਨੇ ਜੋ ਘਰ ਘਰ ਨੌਕਰੀ ਵਾਲਾ ਜਗਾੜ ਕੀਤਾ ਉਹਦੇ ਕਰਕੇ ਉਹਦੀ ਪਾਰਟੀ ਦੇ ਅੰਦਰ ਬੜਾ ਵਿਰੋਧ ਆ, ਹੋਰ ਬੜੇ ਕਾਰਨ ਨੇ, ਪਰ ਇਹ ਜਿਹੜੀ ਗੱਲ ਅੱਜ ਆਪਾਂ ਕਰ ਰਹੇ ਹਾਂ, ਗੱਲ ਆਪਣੀ ਚੱਲੀ ਕੇਜਰੀਵਾਲ ਤੋਂ, ਕੁੰਵਰ ਵਿਜੇ ਪ੍ਰਤਾਪ ਤੋਂ, ਤੇ ਜਥੇਦਾਰ ਮੰਡ ਦੀ ਮਾਫੀ ਰਾਹੀਂ ਹੁਣ ਆਪਾਂ ਕੈਪਟਨ ਅਮਰਿੰਦਰ ਸਿੰਘ ਤੱਕ ਪਹੁੰਚ ਗਏ। ਮੁੱਖ ਜਿਹੜਾ ਸਾਰੀ ਗੱਲ ਦਾ ਧੁਰਾ ਹੈ ਨਾ ਉਹ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਆ। ਆਪਾਂ ਇਹ ਗੱਲ ਕਰੋੜਾਂ ਵਾਰ ਸੁਣੀ ਹੋਣੀ ਆ, ਕਰੋੜਾਂ ਵਾਰ ਬੋਲੀ ਗਈ ਹੈ, ਅਰਬਾਂ ਖਰਬਾਂ ਵਾਰ ਬੋਲੀ ਜਾਣੀ ਹੈ, ਬਈ ਪੰਜਾਬ ਜਿਉਂਦਾ ਗੁਰਾਂ ਦੇ ਨਾਂ ਤੇ। ਪੰਜਾਬ ਦੀ ਧਰਤੀ ਸਿੱਖ ਹੋਮਲੈਂਡ ਜਿੱਥੇ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾ ਸਭ ਤੋਂ ਵੱਧ ਅਦਬ ਸਤਿਕਾਰ ਹੋਣਾ ਹੈ,
ਉਸ ਧਰਤੀ ਜਿੱਥੇ ਚੱਪੇ ਚੱਪੇ ਉੱਤੇ ਸਿੱਖ ਗੁਰੂ ਸਾਹਿਬਾਨ ਦੇ ਮੁਬਾਰਕ ਚਰਨ ਪਏ ਹੋਏ ਨੇ, ਉਹ ਧਰਤੀ ਜਿੱਥੇ ਜਿੱਧਰ ਨੂੰ ਮਰਜ਼ੀ ਤੁਰ ਜਾਓ ਸਿੱਖ ਯੋਧਿਆਂ ਦੀਆਂ, ਸਿੱਖ ਜੁਝਾਰੂਆਂ ਦੀਆਂ, ਸਿੱਖ ਨਾਇਕਾਂ ਦੀਆਂ ਕਥਾ ਕਹਾਣੀਆਂ, ਸਾਖੀਆਂ, ਉਹਨਾਂ ਦੇ ਦਿਨ, ਉਹਨਾਂ ਦਾ ਕੁਛ ਨਾ ਕੁਛ ਸਬੂਤ ਕੋਈ ਚੀਜ਼ ਸਾਨੂੰ ਮਿਲ ਜਾਂਦੀ ਆ। ਹਰੇਕ ਪਿੰਡ ਦੇ ਨੇੜੇ ਤੇੜੇ ਖੇਤਾਂ ਪਰ ਜਾਓ, ਸ਼ਹੀਦਾਂ ਦੀ ਜਗ੍ਹਾ ਜੀ। ਉਹ ਜਿਹੜਾ ਸਾਡਾ ਇਹ ਪੰਜਾਬ ਦੀ ਧਰਤੀ ਸਿੱਖੀ ਨੂੰ ਸਮਰਪਿਤ ਆ, ਇਸ ਧਰਤੀ ਉੱਤੇ ਪਿਛਲੀਆਂ ਬਹੁਤ ਵੱਡੀਆਂ ਜਿਹੜੀਆਂ ਇਤਿਹਾਸਕ ਘਟਨਾਵਾਂ ਵਾਪਰੀਆਂ ਹੋਣਗੀਆਂ, ਪਰ ਜੇਕਰ ਆਪਾਂ ਧਿਆਨ ਨਾਲ ਨੀਝ ਨਾਲ ਦੇਖੀਏ ਤਾਂ ਗੁਰੂ ਨਾਨਕ ਪਾਤਸ਼ਾਹ ਤੋਂ ਪਹਿਲਾਂ ਕਿਸੇ ਇਹੋ ਜਿਹੀ ਸ਼ਖਸੀਅਤ ਦਾ ਸਾਨੂੰ ਨਾਂ ਨਹੀਂ ਦਿਖਦਾ ਜਿਹਨੇ ਪੰਜਾਬ ਦੇ ਵਜੂਦ ਨੂੰ, ਪੰਜਾਬ ਦੀ ਧਰਤੀ ਨੂੰ ਇਸ ਤਰੀਕੇ ਨਾਲ ਝੰਜੋੜਿਆ ਹੋਵੇ। ਸੋ ਗੁਰੂ ਨਾਨਕ ਪਾਤਸ਼ਾਹ ਤੋਂ ਜਿਹੜਾ ਸਿੱਖੀ ਦਾ ਇਸ ਧਰਤੀ ਉੱਤੇ ਬੀਜ ਬੀਜਿਆ ਗਿਆ, ਉਹ ਪੂਰਾ ਵੱਡਾ ਦਰਖਤ ਬਣ ਚੁੱਕਿਆ। ਪੰਜਾਬ ਗੁਰਾਂ ਦੇ ਨਾਂ ਤੇ ਜਿਉਂ, ਤੋ ਇਸ ਧਰਤੀ ਉੱਤੇ ਸਾਡਾ ਸਾਹਿਬ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾ ਜਿਸ ਤਰੀਕੇ ਨਾਲ ਬੇਅਦਬੀਆਂ ਦਾ ਦੌਰ ਚੱਲਿਆ, ਉਹਦੇ ਵਿੱਚ ਸਾਨੂੰ ਸਾਰਿਆਂ ਨੂੰ ਇਹ ਆਸ ਕਰਨੀ ਔਰ ਜਾਇਜ਼ ਆਸ ਕਰਨੀ ਬਣਦੀ ਹੈ ਕਿ ਅਸੀਂ ਸੋਚੀਏ ਕਿ ਪੰਜਾਬ ਦੇ ਵਿੱਚ ਕਿਸੇ ਹੋਰ ਸਰਕਾਰ ਦੇ ਮੌਕੇ ਬੇਅਦਬੀਆਂ ਹੋਣੀਆਂ ਤਾਂ ਉਦੋਂ ਵੀ ਗਲਤ, ਚਾਹੇ ਗਲਤ ਹੀ ਨੇ ਉਹ, ਪਰ ਅਕਾਲੀਆਂ ਦਾ ਰਾਜ ਹੋਵੇ, ਜਿਹੜੇ ਅਕਾਲੀ ਕਹਾਉਂਦੇ ਬਾਦਲ ਪਰਿਵਾਰ, ਤੇ ਉਸ ਮੌਕੇ ਬੇਅਦਬੀਆਂ ਕਰਨ ਵਾਲਿਆਂ ਦੀ ਰੱਜ ਕੇ ਹਮਾਇਤ ਸਰਕਾਰ ਕਰੇ ਤੇ ਉਹਨਾਂ ਨੂੰ ਸ਼ੈਲਟਰ ਦੇਵੇ, ਤੇ ਉਹ ਬੰਦੇ ਜਿਹੜੇ ਨੇ ਉਹਨਾਂ ਬਾਰੇ ਬੱਚਾ ਬੱਚਾ ਕਹਿ ਰਿਹਾ ਹੋਵੇ ਕਿ ਡੇਰਾ ਸਰਸਾ ਦੇ ਚੇਲੇ ਚਪਟਿਆਂ ਨੇ ਇਹ ਬੇਅਦਬੀਆਂ ਕੀਤੀਆਂ ਨੇ। ਬੁਰਜ ਜਵਾਹਰ ਕੇ ਤੋਂ 1 ਜੂਨ 2015 ਨੂੰ ਜਦੋਂ ਸਰੂਪ ਚੋਰੀ ਹੋਇਆ, ਉਦੋਂ ਤੋਂ ਸਾਰਾ ਪੰਜਾਬ ਪਿੱਟ ਕੇ ਮਰ ਗਿਆ, ਪਰ ਬਾਦਲ ਕਿਆਂ ਨੇ ਸਾਰਾ ਜਿਹੜਾ ਧਿਆਨ ਆ ਉਹ ਹੋਰ ਪਾਸੇ ਰੱਖਿਆ। ਪੁਲਿਸ ਨੇ, ਸਰਕਾਰ ਨੇ ਕੁਛ ਨਹੀਂ ਕੀਤਾ। ਆਖਰ ਆਪਣੇ ਸਾਹਮਣੇ ਆ ਕਿ ਕਿਵੇਂ ਸਾਹਿਬ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਸਰੂਪ ਦੇ ਅੰਗ ਅੰਗ ਗਲੀਆਂ ਨਾਲੀਆਂ 'ਚ ਖਿਲਾਰਨ ਦੇ ਪੋਸਟਰ, ਧਮਕੀ ਪੱਤਰ ਲਾਇਆ ਗਿਆ, ਕਿਵੇਂ ਡੇਰਾ ਸਰਸਾ ਦੇ ਮੁਖੀ ਨੂੰ ਬਾਦਲ ਦਲ ਨੇ ਮਾਫ਼ੀ ਦਵਾਈ, ਤੇ ਕਿਵੇਂ ਸਿੱਖ ਸੰਗਤਾਂ ਅਜੇ ਉਸ ਚੱਕਰ ਵਿੱਚ ਸੀ ਜਦ ਨੂੰ ਇਹ ਘਟਨਾ ਨਾਲ ਹੀ ਵਾਪਰ ਗਈ, ਬਰਗਾੜੀ ਦੇ ਵਿੱਚ ਅੰਗ ਅੰਗ ਖਿਲਾਰੇ ਗਏ। ਉਸ ਤੋਂ ਬਾਅਦ ਜਦੋਂ ਕਿ ਬਾਦਲ ਪਰਿਵਾਰ ਦਾ ਜਾਂ ਬਾਦਲ ਸਰਕਾਰ ਦਾ ਇਹ ਹੱਕ ਬਣਦਾ ਸੀ ਕਿ ਪੰਜਾਬ ਦੀ ਧਰਤੀ ਗੁਰੂਆਂ ਪੀਰਾਂ ਦੀ ਧਰਤੀ ਆ, ਤੋ ਇਸ ਧਰਤੀ ਦੇ ਉੱਤੇ ਜਿਹੜੇ ਇਹ ਦੁਸ਼ਟ ਲੋਕ ਨੇ ਜਿਨ੍ਹਾਂ ਨੇ ਸਾਹਿਬ ਸ਼੍ਰੀ ਗੁਰੂ ਗ੍ਰੰਥ ਸਾਹਿਬ ਦੀ ਬੇਪੱਤੀ ਕਰ ਦਿੱਤੀ ਹੈ, ਇਹਨਾਂ ਨਾਲ ਇੱਕ ਮਿਸਾਲੀ ਇਹੋ ਜਿਹਾ ਵਿਹਾਰ ਕਰੀਏ ਕਿ ਦੁਨੀਆਂ ਆਸ਼ ਆਸ਼ ਕਰ ਉੱਠੇ ਕਿ ਲਾਓ ਬਈ ਚਾਹੇ ਕਰੋੜਾਂ ਨੁਕਸ ਨੇ ਪਰ ਇਸ ਵਾਰ ਇਹਨਾਂ ਨੇ ਬੰਦੇ ਦੇ ਪੁੱਤ ਬਣ ਕੇ ਦਿਖਾ ਦਿੱਤਾ। ਪਰ ਆਪਣੇ ਸਾਹਮਣੇ ਆ ਕਿ ਵੱਡਾ ਬਾਦਲ ਤੇ ਛੋਟਾ ਬਾਦਲ ਤੇ ਹੋਰ ਜਿੰਨਾ ਇਹਨਾਂ ਦਾ ਲੌਂਗ ਲਾਣਾ, ਉਹਨਾਂ ਸਾਰਿਆਂ ਨੇ ਰਲ ਕੇ ਕੀਤਾ ਕੀ ਆ, ਬਈ ਡੇਰਾ ਸਰਸਾ ਵੱਲ ਨੂੰ ਤਾਂ ਬਿਲਕੁਲ ਨਹੀਂ ਧਿਆਨ ਦੇਣਾ, ਜਿਹੜੇ ਸਿੱਖ ਦੋਸ਼ੀਆਂ ਦੀ ਗ੍ਰਿਫਤਾਰੀ ਦੀ ਮੰਗ ਕਰਦੇ ਆ ਉਹਨਾਂ ਤੇ ਡਾਂਗਾ ਮਾਰੋ ਤੇ ਗੋਲੀਆਂ ਮਾਰੋ ਤੇ ਉਹਨਾਂ ਨੂੰ ਦਿਓ ਭਜਾ, ਤੇ 2000 ਸਿੱਖਾਂ ਦੇ ਮੁੰਡੇ ਫੜ ਕੇ ਉਹਨਾਂ ਉੱਤੇ ਮੁਕੱਦਮਾ ਦਰਜ ਕਰ ਦਿਓ। ਤੋ ਸਾਹਿਬ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪਾਵਨ ਸਰੂਪਾਂ ਦੀ ਬੇਅਦਬੀ ਕਰਨ ਵਾਲਿਆਂ ਨੂੰ ਬਚਾਉਣ ਦੇ ਲਈ ਤੇ ਸਿੱਖਾਂ ਨੂੰ ਉੱਥੋਂ ਭਜਾ ਕੇ ਸਿੱਖਾਂ ਨੂੰ ਉਹੀ ਦੋਸ਼ੀ ਗਰਦਾਨਣ ਦੇ ਲਈ ਜੋ ਕੁਝ ਕੀਤਾ ਗਿਆ ਅੱਜ ਉਹ ਸਾਰਿਆਂ ਦੇ ਸਾਹਮਣੇ। ਜੇ ਕਿਤੇ ਬਾਦਲ ਦਲ ਵਾਲੇ ਜਾਂ ਬਾਦਲ ਪਰਿਵਾਰ ਵਾਲੇ ਜਾਂ ਬਾਦਲ ਸਰਕਾਰ ਵਾਲੇ ਉਹਦਾ ਅਕਲ ਕਰ ਲੈਂਦੇ ਤੇ ਅੱਜ ਸਾਡਾ ਇਤਿਹਾਸ ਕੁਝ ਹੋਰ ਹੋਣਾ ਸੀ। ਹੁਣ ਇਤਿਹਾਸ ਨੇ ਤਾਂ ਸੱਚ ਤੇ ਚੱਲਣਾ ਹੁੰਦਾ, ਇਤਿਹਾਸ ਝੂਠ ਝਾੜ ਦੇ ਸਹਾਰੇ ਨਹੀਂ ਚੱਲਦਾ। ਸੁਖਬੀਰ ਬਾਦਲ ਨੂੰ ਇਹ ਵਹਿਮ ਹੋ ਸਕਦਾ ਵੀ ਮੈਂ ਕਹਿੰਦੀ ਅਖਬਾਰਾਂ ਦੇ ਵਿੱਚ ਜਾਂ ਸਟੇਜਾਂ ਤੋਂ ਭੜਕ ਭੜਕ ਕੇ ਉੱਚੀ ਉੱਚੀ ਲਲਕਾਰੇ ਜੇ ਮਾਰ ਕੇ ਗੱਲਾਂ ਜਿਹੀਆਂ ਕਰਕੇ ਖਨੀ ਲੋਕਾਂ ਨੂੰ, ਦੁਨੀਆਂ ਨੂੰ, ਇਤਿਹਾਸ ਨੂੰ ਬੇਵਕੂਫ ਬਣਾ ਲੂ, ਪਰ ਇਤਿਹਾਸ ਸੱਚ ਦਾ ਗਵਾਹ ਹੁੰਦਾ, ਸੱਚ ਤੇ ਚੱਲਦਾ। ਤੋ ਸੱਚ ਇਹੀ ਆ ਕਿ ਬਾਦਲ ਪਰਿਵਾਰ ਨੂੰ ਚੰਗੀ ਤਰ੍ਹਾਂ ਪਤਾ ਸੀ ਕਿ ਡੇਰਾ ਸਰਸਾ ਦੀ ਕਰਤੂਤ, ਪਰ ਬਾਦਲ ਪਰਿਵਾਰ ਨੇ ਪੂਰਾ ਡਟ ਕੇ ਉਹਨਾਂ ਦਾ ਸਾਥ ਦਿੱਤਾ ਤੇ ਸਿੱਖ ਸੰਗਤਾਂ ਦੇ ਉੱਤੇ ਗੋਲੀ ਚਲਾਈ, ਲਾਠੀ ਚਲਾਈ, ਤੇ ਹੁਣ ਜਦੋਂ ਇਨਕੁਆਰੀਆਂ ਚੱਲੀਆਂ, ਇਨਕੁਆਰੀਆਂ ਵਿੱਚ ਜਦੋਂ ਇਹਨਾਂ ਦੇ ਫਸਣ ਦੇ ਪੂਰੇ ਪੂਰੇ ਆਸਾਰ ਸੀਗੇ, ਉਸ ਮੌਕੇ ਕੈਪਟਨ ਅਮਰਿੰਦਰ ਸਿੰਘ ਦੇ ਨੇ ਉਹ ਕੰਮ ਨਹੀਂ ਹੋਣ ਦਿੱਤਾ ਜਿਹੜਾ ਹੋਣਾ ਚਾਹੀਦਾ ਸੀ। ਸਾਨੂੰ ਯਾਦ ਆ ਜਦੋਂ ਅਸੈਂਬਲੀ ਦੇ ਵਿੱਚ ਉਧਰੋਂ ਬਰਗਾੜੀ ਮੋਰਚਾ ਲੱਗਿਆ ਹੋਇਆ ਸੀ, ਉਧਰੋਂ ਅਸੈਂਬਲੀ ਦੇ ਵਿੱਚ ਕਾਂਗਰਸ ਦੇ ਵੱਡੇ ਵੱਡੇ ਥੰਮ ਜਿਹੜੇ ਲੀਡਰ ਸੀਗੇ ਉਹ ਮਿੰਤਾ ਕਰਦੇ ਸੀਗੇ ਕਿ ਕੈਪਟਨ ਸਾਹਿਬ ਜਿਹੜੇ ਅਸਲ ਦੋਸ਼ੀ ਆ ਉਹਨਾਂ ਨੂੰ ਫੜ ਕੇ ਟੰਗ ਦਿਓ, ਕਿਉਂਕਿ ਇਹ ਸਾਰਿਆਂ ਨੂੰ ਹੀ ਪਤਾ ਸੀ
कि सियासी तौर के उत्ते इहदा बड़े वड्डे अर्थ ने। जेकर बादल दल ने वह करतूत की है तो बादल दल में वह सेक लगना चाहिए। उन्होंने चंगी तरह पता सी कि करतूत यह जी बेअदबी की है कि ने की है तो उन्होंने बचाया। तो जोड़ा उस मौके कमिशन बनाया जा बाद हूँ कैप्टन अमरिंदर सिंह की सरकार ने कुंवर विजय प्रताप सिंह वाली स्पैशल इन्वैसटीगेशन टीम बनाई जा खटड़े वाली टीम बनी। यह सारिया ने सच कढ के लिया चाहे वह जिन्ना भी मर्जी वो कई घाटा हो सकती टैक्निकली पर मोटे तौर पर गल और लुकी हुई गल तो कोई रही नहीं। हुण तो यह स्टोरी बच्चे बच्ची की जबान पर आ कि किवें सरूप बुरज जवाहर के तो कौन कौन चक्कण गया मोटरसाइकिल लैके बाहर कौन खड़ा सी ते ओ किवें सिखां वाले लैके गया पिंड उत्थे जाके ट्रंक च रखिया किवें उहनूं उहदे विचों अंग जिहड़े सी ओह विचों लै के उहनां नूं किवें जिहड़ा पोस्टर बना के छापे किहड़ी दुकान तों ओह स्कैच पेन लै ते ओह सारा कुछ तां नंगा हो चुक्किआ। ते इहदे बावजूद यह सिस्टम इस मुल्क दा जे उहनां दोषियां नूं सजावां नहीं दबा पा रिहा आ फिर भाई चाहे कैप्टन रविंदर सिंह का प्यो बह जाए गद्दी ते साडे लई की जी होया। तो इस मौके सारी दी सारी जिहड़ी स्थिति आ उहदे विच इह गल नंगी हो चुकी आ कि ना कैप्टन अमरिंदर सिंह चाहुंदा सी ते ना बादल होणी चाहुंदे सी ते बादल दल जिहड़ा है उहदे विच जदों खलारा पिया ढींडसे होणा ने ब्रह्मपुरे होणा ने चंगा रौला पाया पर यह गल पक्की आ कि क्योंकि गुनाह मौके वह नाल रहे चुप रहे अज भी वह उस धड़ले लोगों नहीं गए लोगों में साख उन्हों की भी नहीं वो बन पाई जी साख उन्होंने बननी चाहिए सी ना कि लो जी इन्होंने तो सच से पहला देता ना जे बादल दल ने बादल परिवार ने कड़ी घोलती तो आ ढींडसे होनी ब्रह्मपुर होनी तो सच बोलते हैं कि भाई आ बेअदमी वाला काम गलत सी। खैर जदों ढींडसे होनी ब्रह्मपुरे होना ने भी बंदेवाली नहीं की बादल होना ने नहीं की कैप्टन होना ने नहीं की कुंवर विजय प्रताप के राही एक जदों अदालत में मामला गया तो उस इन्वेस्टिगेशन टीम जी जांच रिपोर्ट से जिवें उन्होंने रद्द किया गया उन्हें जी इंसाफ की कोई माड़ी मोटी चिणक बचती सी उधरले पास्यों भी काम औखा कर। सानू याद है कि एक जज सीगा सुप्रीम कोर्ट का वो बीजेपी के फेवर के फैसले दिता रहा जदों जज की कुर्सी पर बह के वह फैसले करता सी तो उन्होंने कौन की कहे तो जदों रिटायर हो गया तो रिटायर होने तो बाद मिंटो मिंटी जिहड़ा सीगा जाके राज्यसभा का मैंबर बन गया। हुण राज्यसभा का मैंबर बनने तो सुप्रीम कोर्ट के जज के एक अर्थ निकल आए कि सारे भारत के जिहड़े जज ने जां पुलिस अधिकारी ने इन्हां नूं इक सुनेहा लग गया भी जेकर रिटायर होने तो बाद नज़ारे लैने आ ना जां नौकरी दौरान मौजां करनियां ने जां नौकरी दौरान जां नौकरी तो बाद आपदे पुत भरा भतीजे वड्डियां पोस्टां ते एडजस्ट कराउणे आ तां कोई बाहरे चक्कर च पैण दी लोड़ नहीं बस नौकरी दौरान बीजेपी जिंदाबाद करी चलो। यह जिहड़ा मूल मंत्र नंगा होया उस राज्यसभा मैंबर बन वाली गल तो जज दे उही इत्थे काम आया लगता क्योंकि जिहड़े जज ने यह कुंवर विजय प्रताप सिंह वाली जांच रिपोर्ट रद्द की उन्हें भी कुछ अहिजे सोचा होना हैगा ते वह रिपोर्ट रद्द करती। खैर नवी टीम बनी आ नवी जांच टीम जिहड़ी आ लगी हुई आ पूरे जोर शोर दे नाल हुण इहो जे माहौल दे विच कुंवर विजय प्रताप नूं अस्तीफा देना पै गया। उधरों जथेदार ध्यान सिंह मंड जिहनूं पिछले दौर विच बड़िआं ने कहा कि भाई तुहातों हो गई आ गलती चुप करके अकाल तख्त साहब नूं समर्पित हो के माफी मंग लो कि असीं कांग्रेस दे जाल विच फस के संगतां दे सामने शर्मशार हाँ क्योंकि सानू ये आस नहीं सी कि साडे नाल इह भाणा वापरूगा पर पता नहीं की भाणा वापरिया यह ध्यान सिंह मंड होना ने हुण तां कच्च चों मुंगला कढ मारिया पता ही नहीं लग्या आ के जदों खड़ गए। पहला तो बड़े इत्थे साडे कोले
ਇਹੋ ਜਿਹੇ ਗੁਰਸਿੱਖ ਪਿਆਰੇ ਨੇ ਜਿਨ੍ਹਾਂ ਨੇ ਜੇ ਇਹਨਾਂ ਨੂੰ ਕਦੇ ਕੁਛ ਮਾੜਾ ਮੋਟਾ ਸੋਸ਼ਲ ਮੀਡੀਆ ਤੇ ਕਿਹਾ ਜਾਂ ਵੈਸੇ ਕਿਹਾ ਤਾਂ ਇਹਨਾਂ ਵੱਲੋਂ ਸਖ਼ਤ ਰਿਐਕਸ਼ਨ ਜਿਹੜਾ ਹੈਗਾ ਉਹ ਆਇਆ। ਖੈਰ ਇਹ ਜਿਹੜਾ ਚੱਕਰ ਚੱਲਦਾ ਸੀਗਾ ਧਿਆਨ ਸਿੰਘ ਮੰਡਵਾਲਾ, ਇਹ ਉਹਨਾਂ ਨੇ ਕਿਹਾ ਵੀ ਅਸੀਂ ਸੰਗਤਾਂ ਦੀ ਕਚਹਿਰੀ 'ਚ ਮੁੜ ਜਾਵਾਂਗੇ, ਅਸੀਂ ਲੋਕਾਂ ਨੂੰ ਦੁਬਾਰਾ ਕਾਇਲ ਕਰਾਂਗੇ। ਇਹ ਗੱਲ ਹੈਗੀ ਆ ਝੂਠੀ। ਲੋਕਾਂ ਦੇ ਵਿੱਚ ਬਹੁਤ ਭਾਰੀ ਉਤਸ਼ਾਹ ਸੀਗਾ ਕਿ ਜੰਗ ਜਿਹੜੀ ਅਸੀਂ ਜਿੱਤਾਂਗੇ, ਪਰ ਨਿਰਾਸ਼ਾ ਐਡੀ ਵੱਡੀ ਹੋਈ। ਸੋਚੋ ਜੇਕਰ ਕਿਤੇ ਉੱਥੇ ਬੈਠੇ ਰਹਿੰਦੇ ਵੀ ਜਿੰਨਾ ਟਾਈਮ ਦੋਸ਼ੀ ਜਿਹੜੇ ਨੇ ਉਹ ਕਿਸੇ ਕੰਧੇ ਬੰਨੇ ਨਹੀਂ ਲੱਗ ਜਾਂਦੇ, ਕੋਈ ਗੱਲ ਬਣ ਨਹੀਂ ਜਾਂਦੀ, ਅਸੀਂ ਬੈਠੇ ਹਾਂ ਉੱਥੇ, ਕਿਹਾ ਜਾ ਸਕਦਾ ਸੀਗਾ ਵੀ ਠੀਕ ਆ ਅਸੀਂ ਸੰਗਤਾਂ ਨੂੰ ਮਨਾ ਕਰ ਦਿੰਦੇ ਹਾਂ ਇੱਥੇ ਆਉਣ ਜਾਣ ਤੋਂ, ਪਰ ਮੋਰਚਾ ਚੱਲਦਾ ਰਹੂਗਾ, ਅਸੀਂ 25 ਜਣਿਆਂ ਦਾ ਜਥਾ ਇੱਥੇ ਬੈਠਾ ਰਿਹਾ ਕਰੂ। ਅਸੀਂ ਵੀ ਉਦੋਂ ਇਸ ਪ੍ਰੋਗਰਾਮ ਦੇ ਰਾਹੀਂ ਖਬਰ ਦੀ ਖਬਰ ਰਾਹੀਂ ਸੰਗਤਾਂ ਨੂੰ ਲੋਕਾਂ ਨੂੰ ਇਸ ਗੱਲ ਲਈ ਜਿਹੜਾ ਚੇਤੇ ਹੋਊਗਾ ਕਿ ਅਸੀਂ ਕਹਿੰਦੇ ਰਹੇ ਹਾਂ ਕਿ ਉੱਥੇ ਇੱਕ 25 ਸਿੰਘਾਂ ਦਾ ਜਥਾ ਧਿਆਨ ਸਿੰਘ ਮਾਂਡੋ ਨਹੀਂ ਬੈਠੇ ਰਹਿਣ, ਬਾਕੀ ਨਾ ਜਾਓ ਜਿੰਨਾ ਟਾਈਮ ਗੱਲ ਕਿਸੇ ਕੰਧੇ ਬੰਨੇ ਨਹੀਂ ਲੱਗਦੀ। ਪਰ ਕਾਹਨੂੰ ਉਦੋਂ ਧਿਆਨ ਸਿੰਘ ਮੰਡ ਬਾਕੀ ਸਾਰੀ ਦੁਨੀਆਂ ਨੂੰ ਟਿੱਚ ਸਮਝਦੇ ਸੀ, ਤੇ ਕੁਛ ਇਹਨਾਂ ਦੇ ਆਲੇ ਦੁਆਲੇ ਇਹੋ ਜਿਹੇ ਸੁੱਖ ਨਾਲ ਹੈਗੇ ਹੀ ਆ ਜਿਹੜੇ ਕਹਿੰਦੇ ਆ ਵੀ ਸਾਨੂੰ ਧਰਤੀ ਦੀ ਸਾਰੀ ਅਕਲ ਆ ਗਈ ਆ ਤੇ ਹਰ ਜੋ ਪਾਸੇ। ਸੋ ਉਸ ਮੌਕੇ ਜੋ ਇਹਨਾਂ ਨੇ ਕੀਤਾ ਕਤਰਿਆ ਉਹ ਗੱਲ ਤਾਂ ਨਹੀਂ ਬਣਨੀ, ਆਪਣੇ ਪੰਥ ਵਿੱਚ ਇਹ ਦੁਬਾਰਾ ਮੌਕੇ ਜਿਹੜੇ ਹੈਗੇ ਆ ਮਿਲਣ ਵਾਲੀ ਹੁਣ ਗੱਲ ਰਹੀ ਨਹੀਂ। ਪਿੱਛੇ ਜੇ ਤੁਹਾਨੂੰ ਯਾਦ ਹੋਣਾ ਭਾਈ ਗੁਰਬਖਸ਼ ਸਿੰਘ ਉਹਨੇ ਭੋਕੜ ਤਾਂ ਰੱਖ ਲਈ, ਹਾਲਾਂਕਿ ਜਦੋਂ ਉਹਨਾਂ ਸ਼ੁਰੂ ਕੀਤਾ ਪਹਿਲੀ ਵਾਰ ਜਦੋਂ ਭੋਕੜ ਤਾਲ 2012 ਦੇ ਵਿੱਚ, ਤੇ ਉਦੋਂ ਇੱਥੇ ਮੇਰੇ ਕੋਲ ਆਏ ਅੰਮ੍ਰਿਤਸਰ, ਅਸੀਂ ਇੱਥੇ 6 ਜੂਨ ਵਾਲੇ ਦਿਨ ਪਹਿਲਾਂ ਬੈਠੇ ਰਹੇ ਦਰਬਾਰ ਸਾਹਿਬ, ਮੁੜ ਕੇ ਮੈਨੂੰ ਮਿਲਿਆ ਤੇ ਸਾਰੀ ਚਰਚਾ ਹੋਈ। ਮੇਰਾ ਉਹਦੇ ਨਾਲ ਕਈ ਨੁਕਤਿਆਂ ਦੇ ਉੱਤੇ ਅਸਹਿਮਤੀ ਸੀਗੀ, ਅਸੀਂ ਕਾਫੀ ਗੱਲਾਂ ਡਿਸਕਸ ਕਰਨ ਤੋਂ ਬਾਅਦ ਚਲੋ ਮੋਰਚਾ ਲੱਗ ਗਿਆ। ਮੋਰਚਾ ਜਦੋਂ ਸਿਖਰ ਤੇ ਗਿਆ ਹੋਇਆ ਉਸ ਮੌਕੇ ਵੀ ਇੱਥੇ ਮਾਤਾ ਗੰਗਾ ਨਿਵਾਸ ਦੇ ਇੱਕ ਕਮਰੇ ਵਿੱਚ ਜਦੋਂ ਉਹ ਲਿਆਂਦਾ ਹੋਇਆ ਸੀ ਗੁਰਬਖਸ਼ਾਂ ਨੂੰ, ਮੈਂ ਉਹਨੂੰ ਮਿਲਣ ਗਿਆ ਤੇ ਮੈਂ ਫਿਰ ਉਹ ਆਖਿਆ, ਮੈਂ ਕਿਹਾ ਵੀ ਕੁਛ ਸੱਜਣ ਪਿਆਰੇ ਨੇਗੇ ਉਹਨਾਂ ਦਾ ਸੁਨੇਹਾ ਫੋਨ ਤੇ ਗੱਲ ਕਰ ਲਾ, ਤੇ ਉਹ ਸਾਰੇ ਨਹੀਂ ਚਾਹੁੰਦੇ ਹੈਗੇ ਕਿ ਤੁਸੀਂ ਇਹ ਛੱਡੋ ਜਿੰਨਾ ਟਾਈਮ ਗੱਲ ਬਣਦੀ ਨਹੀਂ, ਪਰ ਉਹ ਭੁਲੇਸੇ 'ਚ ਆ ਚੁੱਕਿਆ ਸੀ ਜਥੇਦਾਰਾਂ ਦੇ ਗੁਰਵਿਗਿਆਨੀ ਗੁਰਜਨ ਸਿੰਘ ਹੋਣਾ ਦੇ, ਉਹ ਬਾਦਲ ਦਲ ਦੇ ਜਾਲ 'ਚ ਫਸ ਕੇ ਉਹਨੇ ਉੱਥੇ ਉਸ ਦਿਨ ਜੂਸ ਪੀ ਲਿਆ, ਮੁੜ ਕੇ ਉਹਨੇ ਬਾਅਦ 'ਚ ਹਾਂਡੀ ਲਾ ਲਈ, ਅਖੀਰ ਉਹਨੂੰ ਆਪਦੀ ਜਾਨ ਦੇਣੀ ਪਈ। ਠੀਕ ਆ ਅਸੀਂ ਉਹਦੀ ਘਾੜ ਕਮਾਈ ਦਾ ਸਤਿਕਾਰ ਕਰਨਾ, ਇਹ ਠੀਕ ਆ ਕਿ ਉਹਦੇ ਕਰਕੇ ਪੈਰੋਲਾਂ ਸ਼ੁਰੂ ਹੋਈਆਂ ਸਾਡੇ ਭਰਾਵਾਂ ਦੀਆਂ, ਇਹ ਠੀਕ ਆ ਕਿ ਬੜੀ ਵੱਡੀ ਉਹਦੀ ਦੇਣ ਆ ਸਾਰੇ ਇਸ ਮੁੱਦੇ ਉੱਤੇ। ਜੇਲ੍ਹਾਂ 'ਚ ਨਜ਼ਰਬੰਦ ਸਿੰਘਾਂ ਦਾ ਮੁੱਦਾ ਗੁਰਬਖਸ਼ ਸਿੰਘ ਦੇ ਪੈਰ ਵੀ ਖੜਾ ਹੋਇਆ, ਪਰ ਇਹ ਵੀ ਗੱਲ ਸੱਚੀ ਆ ਕਿ ਉਹ ਉਸ ਮੌਕੇ ਖਤਾ ਖਾ ਗਿਆ, ਉਹ ਇਹਨਾਂ ਦੇ ਭਲੇਸੇ 'ਚ ਆ। ਇਹਨਾਂ ਦਾ ਕੀ ਗਿਆ ਜੀ, ਤਾਂ ਆਰਾਮ ਨਾਲ ਜੁੱਲੇ ਲੈ ਕੇ ਪੈ ਜਾਂਦੇ ਆ। ਉਹੀ ਜਿਹੜਾ ਕੁਛ ਗਿਆਨੀ ਆਪਣੇ ਭਾਈ ਗੁਰਬਖਸ਼ ਸਿੰਘ ਖਾਲਸਾ ਨਾਲ ਵਾਪਰਿਆ ਨਾ, ਬਿਲਕੁਲ ਉਹੀ ਕਹਾਣੀ ਧਿਆਨ ਸਿੰਘ ਮੰਡ ਨਾਲ ਹੋਊਗੀ। ਜਥੇਦਾਰ ਸਾਹਿਬ ਦੇਖੋ ਕੁਰਬਾਨੀ ਵਾਲਾ ਪਰਿਵਾਰ ਆ, ਇੱਕ ਭਾਈ ਹਰਭਜਨ ਸਿੰਘ ਖਾਲਸਾ ਸੀ ਇਹਨਾਂ ਦਾ, ਹਰਭਜਨ ਸਿੰਘ ਮੰਡ, ਉਹ ਚੜ੍ਹਾਈ ਕਰਕੇ ਸੰਘਰਸ਼ ਵਿੱਚ ਸ਼ਹੀਦ ਹੋਏ, ਦੋ ਭਰਾ ਹੋਰ ਸ਼ਹੀਦ ਕਰਤੇ, ਬੁੱਚਰ ਥਾਣੇਦਾਰ ਨੇ ਚੱਕ ਕੇ, ਨਿਆਣੇ ਸਕੂਲ ਗਏ ਉਹ ਚੱਕ ਕੇ ਵਿਚਾਰੇ ਉਹ ਸ਼ਹੀਦ ਕਰਤੇ। ਇਹ ਸਾਰਿਆਂ ਨੂੰ ਸਾਨੂੰ ਪਤਾ ਕਿ ਇਹਨਾਂ ਤੇ ਵੀ ਅੱਖ ਸੀਗੀ, ਸਰਕਾਰ ਨੇ ਪੁਲਿਸ ਨੇ ਨਿਸ਼ਚਾ ਕਰ ਲਿਆ ਸੀਗਾ ਕਿ ਭਾਈ ਧਿਆਨ ਸਿੰਘ ਮੰਡ ਨੂੰ ਛੱਡਣਾ ਨਹੀਂ। ਪਰ ਉਦੋਂ MP ਦੀਆਂ ਚੋਣਾਂ ਆ ਗਈਆਂ 99 ਵਾਲੀਆਂ, ਤੇ ਪੰਥ ਨੇ ਇਹਨਾਂ ਨੂੰ ਇਲੈਕਸ਼ਨ 'ਚ ਖੜਾ ਕਰਕੇ ਜਿਤਾ ਤਾ। ਮਨ ਵਿੱਚ ਸਾਰਿਆਂ ਦੇ ਇਹੀ ਭਾਵਨਾ ਸੀ ਵੀ ਸ਼ਾਇਦ MP ਹੋਣ ਦੇ ਨਾਤੇ ਨਾ ਹੱਥ ਪਵੇ, ਕਿਉਂਕਿ ਦੁਨੀਆਂ 'ਚ ਰੌਲਾ ਪਊਗਾ ਵੀ ਉੱਥੇ ਤਾਂ ਮੈਂਬਰ ਪਾਰਲੀਮੈਂਟਾਂ ਨੂੰ ਚੱਕ ਚੱਕ ਕੇ ਮਾਰੀ ਜਾਂਦੇ ਆ। ਪਰ ਆਪਣੇ ਸਾਹਮਣੇ ਆ ਉਹਨਾਂ ਦਿਨਾਂ ਦੇ ਵਿੱਚ ਸਰਦਾਰ ਗੁਰਮੀਤ ਸਿੰਘ ਖੁੱਡੀ, ਜਗਦੇਵ ਸਿੰਘ ਖੁੱਡੀਆ ਜਿਹੜੇ ਸੀਗੇ, ਸਰਦਾਰ ਜਗਦੇਵ ਸਿੰਘ ਖੁੱਡੀਆ ਜਥੇਦਾਰ ਸਾਹਿਬ, ਉਹਨਾਂ ਨੂੰ ਤਾਂ ਚੱਕ ਕੇ ਗਾਇਬ ਕੀਤਾ ਹੀ ਸੀਗਾ। ਸੋ ਇਸ ਮੁਲਕ ਵਿੱਚ ਜਦੋਂ ਅਕਾਲ ਤਖ਼ਤ ਸਾਹਿਬ ਦੇ ਜਥੇਦਾਰ ਗਿਆਨੀ ਗੁਰਦੇਵ ਸਿੰਘ ਕੌਂਕੇ ਤੇ ਅਣਪਛਾਤੀਆਂ ਲਾਸ਼ਾਂ ਨੂੰ ਨੰਗਾ ਕਰਨ ਵਾਲੇ ਭਾਈ ਜਸਵੰਤ ਸਿੰਘ ਖਾਲੜਾ ਵਰਗਿਆਂ ਨੂੰ ਸ਼ਹੀਦ ਕਰ ਦਿੱਤਾ ਗਿਆ, ਤਾਂ ਹੋਰ ਇੱਥੇ ਕਿਹਦੀ ਗਾਰੰਟੀ ਲਈ ਜਾ ਸਕਦੀ ਹੈ? ਸੋ ਇਸ ਮੁਲਕ ਦੇ ਵਿੱਚ ਕੋਈ ਕਹਿਣ ਸੁਣਨ ਵਾਲੀ ਗੱਲ ਨਹੀਂ। ਪਰ ਖੈਰ, ਭਾਈ ਧਿਆਨ ਸਿੰਘ ਮੰਡ ਨੂੰ ਅਕਾਲ ਤਖ਼ਤ ਸਾਹਿਬ ਦੇ ਕਾਰਜਕਾਰੀ ਜਥੇਦਾਰ ਸਰਬੱਤ ਖਾਲਸਾ ਚੁਣਿਆ ਗਿਆ, ਬੜਾ ਮਾਣ ਮਿਲਿਆ, ਪੰਥ ਨੇ ਸਤਿਕਾਰ ਦਿੱਤਾ। ਪਰ ਜਿਹੜਾ ਇਹਨਾਂ ਨੇ ਬਰਗਾੜੀ ਮੋਰਚਾ ਜਦੋਂ ਲਾਇਆ, ਉਹਨਾਂ ਦਿਨਾਂ ਦੇ ਵਿੱਚ ਜਦੋਂ ਸ਼ੁਰੂ ਕਰਨਾ ਸੀਗਾ,
ਜਲੰਧਰ ਇੱਕ ਮੀਟਿੰਗ ਸੀਗੀ ਤੇ ਉੱਥੇ ਦਲ ਖਾਲਸਾ ਦੇ ਤੇ ਹੋਰ ਸਿੱਖ ਜਥੇਬੰਦੀਆਂ ਦੀ ਇਕੱਤਰਤਾ ਦੇ ਵਿੱਚ ਜਦੋਂ ਇਹ ਗੱਲਾਂ ਚੱਲੀਆਂ ਤੇ ਸਿੰਘਾਂ ਨੂੰ ਅਸੀਂ ਮੈਂ ਵੀ ਇਹ ਗੱਲ ਆਖੀ, ਮੈਂ ਕਿਹਾ ਦੇਖੋ ਆਪਾਂ ਸਾਰੇ ਜਾਣਦੇ ਹਾਂ ਕਿ ਮੁੱਦਾ ਬਹੁਤ ਜ਼ਿਆਦਾ ਸੀਰੀਅਸ ਆ। ਜਦੋਂ ਏਜੰਸੀ ਨੈੱਟਵਰਕ ਦੁਆਲੇ ਹੋ ਗਿਆ, ਭਾਈ ਧਿਆਨ ਸਿੰਘ ਮੰਡ ਦਾ ਜਿੰਨਾ ਕੁ ਮੇਲੇ ਦਾ ਵਾਹ ਵਾਸਤਾ ਪਿਆ, ਇਹਨਾਂ ਤੋਂ ਝਾਲ ਝੱਲੀ ਨਹੀਂ ਜਾਣੀ। ਉਹੀ ਗੱਲ ਹੋਈ ਸਿਖਰ ਤੇ, ਗਏ ਮੋਰਚੇ ਨੂੰ ਇੱਕਦਮ ਤੜਾਵਾਂ ਤੋੜਤੀ ਤੇ ਗੁੱਡੀ ਬੋ ਹੋ ਗਈ। ਉਸ ਮੌਕੇ ਪੂਰੇ ਸਿੱਖ ਜਵਾਨੀ ਨੂੰ ਜੋ ਉਸ ਮੌਕੇ ਨਿਰਾਸ਼ਾ ਹੋਈ ਉਹਦੀ ਜੇ ਗੱਲ ਆ, ਜਿਹੜੇ ਬਾਦਲ ਦਲ ਵਾਲੇ ਇਹਨਾਂ ਨੇ ਇੱਕ ਜਿਵੇਂ ਸ਼ੈਵ ਸੈਨਾ ਹੁੰਦੀ ਆ ਨਾ, ਉਵੇਂ ਇੱਕ ਬਾਦਲ ਸੈਨਾ ਵੀ ਬਣੀ ਹੋਈ ਆ ਜਿਵੇਂ ਆਲਮ ਸੈਨਾ ਹੁੰਦੀ ਸੀ। ਉਹ ਸੋਸ਼ਲ ਮੀਡੀਆ ਦੇ ਉੱਤੇ ਸਿੱਖਾਂ ਨੂੰ ਤਾਨੇ ਮਿਹਣੇ ਮਾਰੀ ਜਾਂਦੇ ਆ। ਜਿਹੜਾ ਵੀ ਗੁਰਸਿੱਖ ਪਿਆਰਾ ਬੇਅਦਬੀ ਦੇ ਮੁੱਦੇ ਉੱਤੇ ਕੋਈ ਗੱਲ ਕਰਦਾ ਨਾ ਜੀ, ਜਦੋਂ ਵੀ ਕੋਈ ਗੁਰਸਿੱਖ ਪਿਆਰਾ ਇਹ ਗੱਲ ਕਹਿੰਦਾ ਹੈ ਕਿ ਬਰਗਾੜੀ ਤੇ ਉਹ ਨਾਲ ਦੀ ਨਾਲ ਉਹ ਤੁਸੀਂ ਉੱਥੇ ਜੀ ਵਿਕ ਗਏ ਸੀ, ਤੁਸੀਂ ਕਾਂਗਰਸ ਦੇ ਏਜੰਟ, ਬਾਦਲ ਸੈਨਾ ਲਈ ਸਿਰਫ ਉਹ ਸਿੱਖ ਹੀ ਸਿੱਖ ਨੇ ਜਿਹੜੇ ਬਾਦਲ ਪਰਿਵਾਰ ਦੇ ਪਿੱਠੂ ਨੇ, ਤੇ ਹਰ ਉਹ ਪਾਪੀ ਆ ਬੰਦਾ, ਉਹ ਗੁਨਾਹਗਾਰ ਆ, ਉਹ ਕਾਂਗਰਸ ਦਾ ਏਜੰਟ ਵਾ, ਉਹ ਪਤਾ ਨੀ ਕੀ ਆ, ਜਿਹੜਾ ਬੰਦਾ ਇਹ ਕਹਿੰਦਾ ਕਿ ਸਿੱਖੀ ਦੀ ਚੜ੍ਹਦੀ ਕਲਾ ਹੋਵੇ ਤੇ ਸਾਡੇ ਐਸਟਰੀ ਬੇਅਦਬੀ ਕਰਨ ਵਾਲਿਆਂ ਨੂੰ ਸਜ਼ਾਵਾਂ ਮਿਲਣ, ਤੇ ਜਿਨ੍ਹਾਂ ਨੇ ਬਰਗਾੜੀ 'ਚ ਤੇ ਬਹਿਬਲ ਕਲਾਂ 'ਚ ਕੋਟਕਪੂਰੇ 'ਚ ਕਰਤੂਤ ਕੀਤੀ ਆ ਉਹਨਾਂ ਦੇ ਉੱਤੇ ਕਾਨੂੰਨੀ ਅਦਾਲਤ ਰਾਹੀਂ ਸਜ਼ਾਵਾਂ ਹੋਣ। ਹੁਣ ਬਾਦਲ ਸੈਨਾ ਜਿਹੜੀ ਆ ਉਹਨੇ ਪਿਛਲੇ 2-3 ਸਾਲਾਂ 'ਚ ਜਦੋਂ ਤੋਂ ਇਹਨਾਂ ਨੇ ਮੋਰਚਾ ਚੱਕਿਆ ਨਾ ਧਿਆਨ ਸਿੰਘ ਮੰਡ ਜੀ ਨੇ, ਜੋ ਜਲੀਲ ਕੀਤਾ ਸਿੱਖਾਂ ਨੂੰ, ਜੋ ਬਾਦਲ ਸੈਨਾ ਨੇ ਉਹਨਾਂ ਦਿਨਾਂ 'ਚ ਨੀਚਤਾ ਦਿਖਾਈ ਆ, ਉਹ ਕਹਿਣ ਸੁਣਨ ਤੋਂ ਬਾਹਰ। ਜਥੇਦਾਰ ਧਿਆਨ ਸਿੰਘ ਮੰਡ ਨੇ ਤਾਂ ਅਕਾਲ ਤਖ਼ਤ ਦੇ ਸਨਮੁੱਖ ਖੜ ਕੇ ਆਉਂਦੇ ਨਾਲ ਸੰਗੀ ਸਾਥੀ ਲਿਆ ਕੇ ਮਾਫ਼ੀ ਮੰਗ ਲਈ ਤੇ ਸਮਝ ਲਿਆ ਕਿ ਲਓ ਜੀ ਆਪਾਂ ਸੁਰਖਰੂ, ਚੰਗੀ ਗੱਲ ਆ, ਆਪਦੀ ਆਤਮਾ ਤੇ ਬੋਝ ਨਹੀਂ ਰੱਖਿਆ, ਕੋਈ ਮਾੜੀ ਗੱਲ ਨਹੀਂ, ਆਪਾਂ ਇਹਨੂੰ ਮੰਨਦੇ। ਪਰ ਜੋ ਸਾਡੇ ਨਾਲ ਹੋਈਆਂ ਉਹ ਅਸੀਂ ਜਾਣਦੇ, ਜੋ ਪੰਥ ਨਾਲ ਬੀਤੀ ਆ ਉਹ ਪੰਥ ਹੀ ਜਾਣ। ਬਾਦਲ ਦਲ ਨੇ ਕੋਈ ਕਸਰ ਨਹੀਂ ਛੱਡੀ ਤੇ ਅੱਜ ਜਦੋਂ ਜਥੇਦਾਰ ਧਿਆਨ ਸਿੰਘ ਮੰਡ ਵਾਲੇ ਅਖਬਾਰਾਂ ਦੀ ਚਰਚਾ ਅਸੀਂ ਇਸ ਖਬਰ ਦੀ ਕਰਨੀ ਸੀ, ਇਦੋਂ ਪਹਿਲਾਂ ਹੀ ਕੁੰਵਰ ਵਿਜੇ ਪ੍ਰਤਾਪ ਵਾਲੀ ਖਬਰ ਆ ਗਈ, ਪਰਸੋਂ ਤੋਂ ਇਹ ਚਰਚਾ ਚੱਲੀ ਆ ਕਿ ਕੇਜਰੀਵਾਲ ਨੇ ਅੰਮ੍ਰਿਤਸਰ ਆਉਣਾ ਹੈ ਤੇ ਜੀ ਇੱਥੇ ਪਹਿਲੋਂ ਚਰਚਾ ਤੇ ਇਹ ਵੀ ਚੱਲਦੀ ਰਹੀ ਵੀ ਅਨਿਲ ਜੋਸ਼ੀ ਤੇ ਲਕਸ਼ਮੀ ਕਾਂਤਾ ਚਾਵਲਾ ਵੀ ਕੁੰਵਰ ਵਿਜੇ ਪ੍ਰਤਾਪ ਦੇ ਨਾਲ ਹੀ ਬੀਜੇਪੀ ਨੂੰ ਜੁਆਇਨ ਕਰਨਗੇ, ਪਰ ਉਹਨਾਂ ਦਾ ਤਾਂ ਕੋਈ ਗੱਲ ਨਹੀਂ ਆਈ ਸਾਹਮਣੇ। ਹੋ ਸਕਦਾ ਕੋਈ ਪ੍ਰੋਗਰਾਮ ਹੋਵੇ ਜਾਂ ਨਾ ਹੋਵੇ, ਪਰ ਅੱਜ ਇੱਥੇ ਅੰਮ੍ਰਿਤਸਰ ਮੇਰੇ ਬਿਲਕੁਲ ਘਰ ਦੇ ਕੋਲ ਸਰਕਟ ਹਾਊਸ ਆ, ਮੈਂ 2-3 ਵਾਰੀ ਕੰਮ ਕਾਰ ਕਰਦੇ ਜਦੋਂ ਗਿਆ ਇੱਥੇ, ਗੱਡੀਆਂ ਮੋਟਰਾਂ ਦੇ ਉੱਤੇ ਵਾਹਵਾ ਸੰਗਤਾਂ ਪਹੁੰਚੀਆਂ ਹੋਈਆਂ ਸੀ, ਉਹਦਾ ਵਿਰੋਧ ਕਰਨ ਲਈ ਬਾਦਲ ਸੈਨਾ ਪੂਰੀ ਪਹੁੰਚੀ ਹੋਈ ਸੀ। ਸੋ ਜਿਹੜਾ ਇਜ਼ਹਾਰ ਆਲਮ ਵਰਗਾ ਬੰਦਾ ਹੈ ਉਹ ਤਾਂ ਬਾਦਲ ਦਲ ਨੂੰ ਪ੍ਰਵਾਨ ਆ ਜੀ, ਬਾਦਲ ਸੈਨਾ ਨੂੰ ਪ੍ਰਵਾਨ ਆ। ਇਹਨਾਂ ਨੂੰ ਇਹ ਵਹਿਮ ਆ ਵੀ ਸਾਡੇ ਕੋਲ ਅਕਾਲ ਤਖ਼ਤ ਸਾਹਿਬ ਦਾ ਜਥੇਦਾਰ ਅਸੀਂ ਲਾਉਣਾ, ਸ਼੍ਰੋਮਣੀ ਕਮੇਟੀ ਸਾਡੇ ਕੋਲੇ ਤੇ ਚੀਫ ਖਾਲਸਾ ਦੀਵਾਨ, ਹਰ ਸਿੱਖ ਸੰਸਥਾ ਦਿੱਲੀ ਕਮੇਟੀ, ਹਜ਼ੂਰ ਸਾਹਿਬ ਵੀ ਸਾਡੇ ਕੋਲੇ ਆ। ਉਹ ਭਾਈ ਇਉਂ ਤਾਂ ਮੱਸਾ ਰੰਗੜ ਵੀ ਕਾਬਜ਼ ਬੈਠਾ ਸੀ ਕਿਸੇ ਵੇਲੇ, ਇਉਂ ਕਬਜ਼ੇ ਹੋਣ ਨਾਲ ਜਦੋਂ 6ਵੇਂ ਪਾਤਸ਼ਾਹ ਗਵਾਲੀਅਰ ਦੇ ਕਿਲ੍ਹੇ 'ਚ ਜਾ ਕੇ ਨਜ਼ਰਬੰਦ ਕਰਤੇ ਆ ਜਹਾਂਗੀਰ ਨੇ, ਫਿਰ 7ਵੇਂ, 8ਵੇਂ, 9ਵੇਂ, 10ਵੇਂ ਪਾਤਸ਼ਾਹ ਤਿੱਕਰ ਇੱਥੇ ਦਰਬਾਰ ਸਾਹਿਬ ਦੇ ਉੱਤੇ ਧੀਰ ਮੱਲੀਆਂ ਦਾ ਜਿਹੜਾ ਗੁਰੂ ਘਰ ਦੇ ਸ਼ਰੀਕ ਸੀਗੇ ਉਹਨਾਂ ਦਾ ਕਬਜ਼ਾ ਰਿਹਾ, ਤੇ ਫਿਰ ਇੰਨੀ ਗੱਲ ਦੇ ਨਾਲ ਕੀ ਹੋ ਗਿਆ ਜੀ। ਬਾਅਦ ਵਿੱਚ ਭਾਈ ਮਨੀ ਸਿੰਘ ਹੋਣਾ ਨੇ ਬਾਬਾ ਬੰਦਾ ਸਿੰਘ ਬਹਾਦਰ ਵੇਲੇ ਤੱਕ ਆਉਂਦਿਆਂ ਤਾਂ ਪੂਰਾ ਹੀ ਫਿਰ ਜਿਹੜਾ ਹੈਗਾ ਇਤਿਹਾਸ ਆ ਉਹ ਆਪਣੇ ਸਾਹਮਣੇ ਆ ਕਿ ਕਬਜ਼ਾ ਫਿਰ ਜਿਹੜਾ ਸੀ ਉਹਦਾ ਕਿਵੇਂ ਛੁਡਾਇਆ। ਪਰ ਇਹ ਗੱਲ ਤਾਂ ਇੱਥੇ ਛੇੜੀ ਆ ਕਿ ਜਿਹੜਾ ਇਹ ਵਹਿਮ ਆ ਨਾ ਇਤਿਹਾਸ ਵਿੱਚ ਇਹਨੂੰ ਕਿਵੇਂ ਦੇਖਿਆ ਜਾਣਾ ਕਿ ਸਿੱਖੀ ਦੇ ਉਲਟ ਇਹ ਚੱਲਦੇ ਰਹੇ, ਬਾਦਲ ਦਲ ਵਾਲੇ ਸਿੱਖਾਂ ਦੇ ਉਲਟ ਇਹ ਚੱਲਦੇ ਰਹੇ, ਸਿੱਖੀ ਦੇ ਦੁਸ਼ਮਣ ਆ ਜਿੰਨੇ, ਚਾਹੇ ਉਹ ਸਰਸੇ ਵਾਲਾ, ਚਾਹੇ ਉਹ ਪਨਿਆਰੇ ਵਾਲਾ, ਚਾਹੇ ਉਹ ਨੂਰਮੇਲੀ ਆਸ਼ੂਤੋਸ਼ ਹੋਣੀ ਆ, ਤੇ ਚਾਹੇ RSS ਵਾਲੇ ਆ, ਤੇ ਚਾਹੇ ਕੋਈ ਹੋਰ ਆ, ਜਿਹੜਾ ਵੀ ਸਿੱਖੀ ਅਤੇ ਸਿੱਖਾਂ ਦਾ ਵੈਰੀ ਆ ਨਾ ਜੀ, ਬਾਦਲ ਦਲ ਦਾ ਯਾਰ ਆ ਉਹ। 2000 ਤੋਂ ਉੱਪਰ ਫੋਟੋ ਗੂਗਲ ਤੇ ਕਲਿੱਕ ਇੱਕ ਮਾਰੀਏ ਨਾ ਉੱਤੇ ਲੈ ਕੇ ਬਾਦਲ ਦਲ ਐਂਟੀ ਪੰਥਕ ਐਕਟੀਵਿਟੀਜ਼, 2000 ਤੋਂ ਵੱਧ ਫੋਟੋ ਆ ਕੇ ਪਲੱਕ ਦੇ ਡਿੱਗ ਪੈਂਦੀ। ਸਿੱਖ ਰਾਜ ਮਰਿਆਦਾ ਦੀਆਂ ਧੱਜੀਆਂ ਉਡਾ ਕੇ ਰੱਖਤੀਆਂ ਇਸ ਪਾਰਟੀ ਨੇ, ਤੇ ਇਹ ਲੋਕ ਕਹਿੰਦੇ ਅਸੀਂ ਪੰਥ ਆ ਜੀ।
अकाली दल पहला पिंड दे विच अकालियां दा घर बड़ा शान वाली गल मनिया अकालियां दा घर। इन्हां ने अकाली अखर अकाली शब्द के अर्थ ही बदलते, अकाली दल के भी अर्थ बदलते। सो बादल सैना ने जो कुछ किया कतरिया उहदे विच अज जदों आम आदमी पार्टी नू केजरीवाल की पार्टी नू ज्वाइन करन दा प्रोग्राम सीगा ਤਾਂ ਇੱਥੇ ਥਾਂ ਥਾਂ ਦੇ ਉੱਤੇ ਵਿਰੋਧ ਕਰਨ ਲਈ ਬਾਦਲ ਸੈਨਾ ਨੇ ਬੰਦੇ ਖੜੇ ਕਰ। ਦੱਸੋ ਕੇਜਰੀਵਾਲ ਚਾਹੇ ਉਹ ਹੈਗਾ ਕੁੰਵਰ ਵਿਜੇ ਪ੍ਰਤਾਪ ਸਿੰਘ, ਜੇਕਰ ਉਹ ਪੰਥ ਅਤੇ ਪੰਜਾਬ ਦੇ ਭਲੇ ਲਈ ਅਨਫਿੱਟ ਹੋਣਗੇ ਤਾਂ ਸੰਗਤਾਂ ਆਪੇ ਲੋਕ ਪੰਜਾਬ ਦੇ ਨਕਾਰ ਦੇਣਗੇ, ਜਿਵੇਂ ਤੁਹਾਨੂੰ ਨਕਾਰਿਆ 2017 ਵਾਲੀਆਂ ਵਿਧਾਨ ਸਭਾ ਦੀਆਂ ਚੋਣਾਂ 'ਚ। ਬਾਦਲ ਦਲ ਵਾਲੇ ਤੁਹਾਨੂੰ ਕਾਹਨੂੰ ਮਿਰਚਾਂ ਲਵੇ, ਤੁਸੀਂ ਵੈਸੇ ਭੂ ਚੱਕੀ ਫਿਰਦੇ, ਤੁਹਾਨੂੰ ਤਾਂ ਲੋਕਾਂ ਨੇ ਦੱਸ ਦਿੱਤਾ ਨਾ। ਪਿੱਛੇ ਜਦੋਂ ਬ੍ਰਹਮਪੁਰਾ ਤੇ ਢੀਂਡਸੇ ਨੇ ਐਲਾਨ ਕੀਤਾ ਕਿ ਅਸੀਂ ਸੰਗਤਾਂ ਨੂੰ ਦੱਸਾਂਗੇ ਕਿ ਭਾਈ ਇਹ ਬੰਦੇ ਜਿਹੜੇ ਨੇ ਗਲਾਰ ਨੇ, ਇਹਨਾਂ ਨੇ ਪੰਥ ਨਾਲ ਧੋਖਾ ਕੀਤਾ, ਇਹਨਾਂ ਨੇ ਆਹ ਕੀਤਾ, ਅਸੀਂ ਉਦੋਂ ਵੀ ਇਹ ਗੱਲ ਕਹੀ ਸੀ ਵੀ ਤੁਸੀਂ ਇਹ ਦੱਸਣ ਵਾਲੇ ਕੌਣ ਨੇ, ਤਾਂ ਪੰਥ ਨੂੰ ਪਹਿਲਾਂ ਹੀ ਪਤਾ ਤੇ ਪੰਥ ਇਸ ਗੱਲ ਨੂੰ ਸੱਚ ਮੰਨਦਾ ਹੋਇਆ ਇਹਨਾਂ ਨੂੰ ਤੁਹਾਡੇ ਸਾਹਮਣੇ ਆ ਵੀ ਜਦੋਂ 2017 ਦੀਆਂ ਵਿਧਾਨ ਸਭਾ ਦੀਆਂ ਚੋਣਾਂ ਆਈਆਂ ਉਦੋਂ ਲਗੜਾ ਚਾੜ ਚੁੱਕਿਆ। ਸੋ ਅੱਜ ਜਿਹੜਾ ਇਹ ਘਟਨਾਕ੍ਰਮ ਵਾਪਰਿਆ ਇਹਦਾ ਕੁੰਵਰ ਵਿਜੇ ਪ੍ਰਤਾਪ ਦੇ ਆਮ ਆਦਮੀ ਪਾਰਟੀ ਨੂੰ ਜੁਆਇਨ ਕਰਨ ਦੇ ਇਕੱਲੇ ਇੱਕ ਸਾਬਕਾ ਪੁਲਿਸ ਅਧਿਕਾਰੀ ਵੱਲੋਂ ਇੱਕ ਸਿਆਸੀ ਪਾਰਟੀ ਨੂੰ ਅਪਣਾ ਲੈਣਾ ਜਾਂ ਧਾਰਨ ਕਰ ਲੈਣਾ ਜਾਂ ਜੁਆਇਨ ਕਰ ਲੈਣਾ ਇੰਨੀ ਕੁ ਗੱਲ ਨਹੀਂ ਹੈਗੀ। ਇਹਦੇ ਨਾਲ ਜਿਹੜਾ ਬਰਗਾੜੀ ਮੋਰਚਾ ਜਾਂ ਬੇਅਦਬੀ ਕਾਂਡ ਆ ਸਾਰਾ, ਉਹਦੀਆਂ ਤਾਰਾਂ ਵੀ ਜੁੜ ਗਈਆਂ ਨੇ। ਆਉਣ ਵਾਲੇ ਦਿਨਾਂ ਦੇ ਵਿੱਚ ਕਈ ਲੋਕਾਂ ਨੂੰ ਲੱਗਦਾ ਹੋਣਾ ਕਿ ਬਾਦਲ ਦਲ ਨੇ ਅੱਜ ਇੰਨੀਆਂ ਕਿਉਂ ਪੁੱਛਾਂ ਚੱਕੀਆਂ। ਉਹ ਭਾਈ ਇਹਨਾਂ ਨੂੰ ਸਾਫ ਪਤਾ ਬਈ ਜਿਹੜਾ ਕੁੰਵਰ ਵਿਜੇ ਪ੍ਰਤਾਪ ਹਨ, ਹੁਣ ਉਹ ਜਿਹੜੀਆਂ ਗੱਲਾਂ ਪੁਲਿਸ ਅਧਿਕਾਰੀ ਹੋਣ ਦੀ ਹੈਸੀਅਤ ਵਿੱਚ ਨਹੀਂ ਸੀ ਕਹਿ ਸਕਦਾ, ਹੁਣ ਉਹ ਪੋਲੀਟੀਕਲ ਹਸਤੀ ਹੋਣ ਦੀ ਹੈਸੀਅਤ ਵਿੱਚ ਥਾਂ ਥਾਂ ਤੇ ਕਹੋ। ਤੇ ਬਾਦਲ ਦਲ ਨੂੰ ਇਉਂ ਲੱਗਦਾ ਸੀ ਠੀਕ ਆ, ਅਸੀਂ ਕਰਤੂਤ 2017 ਤੱਕ ਉਹਦਾ ਭੁਗਤ ਲਿਆ ਜਿਹੜੀ ਕੀਤੀ ਸੀ, ਸਾਨੂੰ ਲੋਕਾਂ ਨੇ ਸੱਤਾ ਤੋਂ ਬਾਹਰ ਕਰਤਾ। ਵੱਡਾ ਬਾਦਲ ਕਹਿੰਦਾ ਵੀ ਰਿਹਾ, ਵੱਡੇ ਬਾਦਲ ਨੇ ਇਹੀ ਗੱਲ ਆਖੀ ਹੈ ਨਾ ਕਿ ਠੀਕ ਆ ਜੀ ਅਸੀਂ ਕਰਤੂਤ ਕੀਤੀ ਸੀ ਤਾਂ ਲੋਕਾਂ ਨੇ ਸਾਨੂੰ ਸੱਤਾ ਤੋਂ ਬਾਹਰ ਕਰਤਾ। ਪਿੱਛੇ ਜੇ ਇੱਕ ਟੀਵੀ ਚੈਨਲ ਦੇ ਉੱਤੇ ਵਿਰਸਾ ਸਿੰਘ ਬਟੂਆ ਨੇ ਵੀ ਆਖੀ ਗੱਲ ਇਹ ਵੀ ਜੇ ਉਹਨੂੰ ਪੁੱਛੋ ਕਹਿੰਦੇ ਤੁਸੀਂ ਸੈਣੀ ਵਰਗਿਆਂ ਨੂੰ DGP ਲਾਉਂਦੇ ਰਹੇ ਹੋ, ਕਹਿੰਦਾ ਜੇ ਸੈਣੀ ਵਰਗਿਆਂ ਨੂੰ DGP ਲਾਇਆ ਫਿਰ ਅਸੀਂ ਸੜਕ ਤੇ ਵੀ ਬੈਠੇ ਹਾਂ, ਸਾਨੂੰ ਦਿੱਤਾ ਕੀ ਆ ਇਸ ਸੈਣੀ ਨੇ, ਆ ਸੜਕ ਤੇ ਬਿਠਾ ਦੇ ਸਰਕਾਰ ਤੋਂ ਕੱਢ ਕੇ ਸੱਤਾ ਤੋਂ ਕੱਢ ਕੇ। ਸੋ ਇਹ ਇਹ ਸਮਝਦੇ ਆ ਵੀ ਜਦੋਂ ਸੱਤਾ 'ਚ ਸੀ ਉਦੋਂ ਰੱਜ ਕੇ ਕਰਤੂਤਾਂ ਕਰੋ ਤੇ 4-5 ਸਾਲ ਪਾਸੇ ਰਹੋ, ਜਿਵੇਂ ਹੁਣ ਕਾਂਗਰਸ ਵਾਲੇ ਕੈਪਟਨ ਉਹਨਾਂ ਨੇ ਸੋਚਿਆ ਹੋਇਆ ਵੀ ਆਪਾਂ ਨੂੰ 5 ਸਾਲ ਬਾਅਦ ਲੋਕਾਂ ਨੇ ਆਪੇ ਹੀ ਲੈ ਆਉਣਾ। ਤੇ ਇਹ ਜਿਹੜਾ ਸੋਚ ਕੇ ਬੈਠੇ ਸੀ ਵੀ 2017 ਤੋਂ 2022 ਤੱਕ ਔਖਾ ਟਾਈਮ ਆਊਗਾ, ਮੁੜ ਕੇ ਆਪਾਂ ਦੁਬਾਰਾ ਸੱਤਾ 'ਚ ਆ ਜਾਣਾ, ਉਹ ਚੀਜ਼ ਜਿਹੜੀ ਸੀਗੀ ਇਹਦੇ ਦਮ ਗਰੇ ਕਿ ਅਗਲੀ ਸਰਕਾਰ ਅਸੀਂ ਬਣਾਵਾਂਗੇ। ਜਦੋਂ ਇਹਨਾਂ ਨੇ ਦੇਖਿਆ ਕਿ ਕੁੰਵਰ ਵਿਜੇ ਪ੍ਰਤਾਪ ਦੁਬਾਰਾ ਐਕਟਿਵ ਹੋ ਗਿਆ ਪੋਲੀਟੀਕਲ ਰੂਪ ਦੇ ਵਿੱਚ, ਤੇ ਇਹਦੇ ਨਾਲ ਬੇਅਦਬੀ ਕਾਂਡ ਨਵੇਂ ਸਿਰੋਂ ਸ਼ੁਰੂ ਹੋ ਜਾਣ, ਤੇ ਜਿਹੜਾ 2017 ਵਾਲਾ ਮਾਹੌਲ ਸੀ ਉਹ 2022 'ਚ ਬਣ ਗਿਆ। ਇਸ ਗੱਲ ਨੂੰ ਮੁੱਖ ਰੱਖ ਕੇ ਹੁਣ ਇਹਨਾਂ ਨੂੰ ਝਿਗਾੜਾਂ ਪੈਂਦੀਆਂ ਨੇ ਕਿ ਲੈ ਵੀ ਬੜੇ ਕਸੂਤੇ ਫਸੇ, ਆਉਣ ਵਾਲੇ ਦਿਨਾਂ ਦੇ ਵਿੱਚ ਇਹ ਮੁੱਦਾ ਤਾਂ ਫੇਰ ਸਾਡੇ ਗੱਲ ਪਊਗਾ। ਸੋ ਜਿਹੜਾ ਪੰਥ ਆ ਉਹਦੇ ਜੇ ਮਤਲਬ ਗੱਲ ਕਰੀਏ ਤਾਂ ਮੈਨੂੰ ਯਾਦ ਆ ਕਿ ਇੱਕ ਵਾਰੀ ਸੁਰਜੀਤ ਸਿੰਘ ਬਰਨਾਲਾ ਮੁੱਖ ਮੰਤਰੀ ਹੁੰਦੇ ਸੀ, ਉਹਨੇ ਦਰਬਾਰ ਸਾਹਿਬ ਦੇ ਵਿੱਚ ਪੁਲਿਸ ਭੇਜ, ਬੜਾ ਪੰਥ ਨੂੰ ਰੋਹ ਚੜਿਆ, ਬੜਾ ਅਕਾਲੀ ਦਲ ਦੇ ਵਿੱਚ ਪੁੱਟ ਭੰਨ ਹੋਈ, ਸਰਕਾਰ ਨੂੰ ਵੀ ਖਤਰਾ ਹੋਇਆ, ਪਰ ਉਹ ਡਟਿਆਰਿਆ ਝੁਕਿਆ ਨਹੀਂ ਪੰਥ ਦੇ ਸਾਹਮਣੇ, ਆਕੜ ਗਿਆ। ਸਰਕਾਰ ਦਾ ਥਾਪੜਾ ਹੋਵੇ ਤੇ ਬੰਦਾ ਕਾਹਨੂੰ ਗੱਲ ਗਾਉਂਦਾ, ਪਰ ਸਮਾਂ ਬੀਤਿਆ ਮੁੜ ਕੇ ਅਕਾਲ ਤਖ਼ਤ ਸਾਹਿਬ ਤੇ ਪੇਸ਼ ਹੋਣਾ ਪਿਆ। ਉਹਨੂੰ ਜਦੋਂ ਥਮਲੇ ਨਾਲ ਬੰਨ੍ਹ ਕੇ ਕਿਹਾ ਨਾ ਵੀ ਇੱਥੇ ਬਾਣੀ ਪੜ੍ਹ, ਤੇ ਜਦੋਂ ਉਹ ਸਾਰੀਆਂ ਫੋਟੋਆਂ ਛਪੀਆਂ ਤਾਂ ਲੋਕਾਂ ਦਾ ਸਾਰਾ ਜਿਹੜਾ ਉਹਦੇ ਪ੍ਰਤੀ ਗੁੱਸਾ ਸੀਗਾ ਉਹ ਉਸ ਦਿਨ ਤੋਂ ਬਾਅਦ ਉਵੇਂ ਨਹੀਂ ਰਿਹਾ, ਕਿਉਂਕਿ ਸਿੱਖੀ ਦੇ ਅਸੂਲ ਨੇ ਜਦੋਂ ਕੋਈ ਬੰਦਾ ਤਨਖਾਹ ਭੁਗਤ ਲੈਂਦਾ ਉਦੋਂ ਫਿਰ ਗੱਲ ਉਹ ਨਹੀਂ ਰਹਿੰਦੀ। ਹੁਣ ਇਹਨਾਂ ਨੂੰ ਵੀ ਬਾਦਲ ਪਰਿਵਾਰ ਨੂੰ ਵੀ ਇਹ ਗੱਲ ਲੋਕਾਂ ਨੇ ਕਹੀ
ਸਿਆਣੇ ਜਿਹੜੇ ਉਹਨਾਂ ਦੇ ਨੇੜਲੇ ਆ ਸਾਰਿਆਂ ਨੇ ਕਹੀ ਕਿ ਤੁਸੀਂ ਕਿਉਂ ਕਰਤੂਤਾਂ ਕਰਦੇ, ਤੁਸੀਂ ਜਿਹੜਾ ਕਰ ਲਿਆ ਠੀਕ ਆ, ਹੁਣ ਸੰਗਤਾਂ ਨੇ ਇਹਨੂੰ ਭੁੱਲਣਾ ਨੀ, ਤੁਸੀਂ ਜੋ ਮਰਜ਼ੀ ਬਹਾਨੇ ਜੇ ਲਾਈ ਜਾਓ ਕਿ ਜੀ ਅਸੀਂ ਕਿਹੜਾ ਉੱਥੇ ਕਿਹਾ ਵੀ ਗੋਲੀ ਚਲਾ ਦੋ, ਅਸੀਂ ਕਿਹੜਾ ਐ ਕਿਹਾ ਸੀ, ਕਿ ਇਹ ਗੱਲਾਂ ਨੂੰ ਛੱਡੋ, ਲੋਕਾਂ ਦੇ ਨਜ਼ਰੀਏ ਨੂੰ ਛੱਡੋ, ਤੁਸੀਂ ਆਪਦੇ ਪੱਖ ਤੋਂ ਹੀ ਤੁਸੀਂ ਸਾਰੀ ਪਾਰਟੀ ਨੂੰ ਚਾਹੀਦਾ ਵੀ ਸਰਕਾਰ 'ਚ ਰਹਿੰਦੇ ਹੋਇਆਂ ਸਾਤੋਂ ਜਿਹੜੀਆਂ ਭੁੱਲਾਂ ਗਲਤੀਆਂ ਹੋਈਆਂ ਨੇ ਅਸੀਂ ਅਕਾਲ ਤਖ਼ਤ ਨੂੰ ਸਮਰਪਿਤ ਆ, ਜੋ ਵੀ ਅਕਾਲ ਤਖ਼ਤ ਸਾਹਿਬ ਤੋਂ ਸਾਨੂੰ ਹੁਕਮ ਲਾਇਆ ਜਾਊਗਾ ਅਸੀਂ ਉਹਨੂੰ ਪੂਰਾ ਕਰਾਂਗੇ। ਸੋ ਅਕਾਲ ਤਖ਼ਤ ਸਾਹਿਬ ਤੋਂ ਜਥੇਦਾਰ ਆਪਦੇ ਹੀ ਨੇ, ਉਹਦਾ ਗਿਆਨੀ ਹਰਪ੍ਰੀਤ ਸਿੰਘ ਦਾ ਪਿੱਛੇ ਜੇ ਆ ਜਦੋਂ ਸ਼੍ਰੋਮਣੀ ਕਮੇਟੀ ਦੀ ਸ਼ਤਾਬਦੀ ਮਨਾਈ ਗਈ ਆ ਉਦੋਂ ਉਹਨੇ ਕਿਹਾ ਹੀ ਆ ਵੀ ਇਹ ਜੀ ਪੰਥਕ ਇਕੱਲੇ ਇਹ ਨੇ, ਬਾਕੀ ਸਾਰੇ ਸਿੱਖ ਜਿਹੜੇ ਆ ਕਾਂਗਰਸ ਦੇ ਏਜੰਟ ਨੇ। ਤੋ ਗਿਆਨੀ ਹਰਪ੍ਰੀਤ ਸਿੰਘ ਕਰਦਾ ਹੀ ਆ, ਉਹਨੇ ਕਹਿ ਦੇਣਾ ਸੀਗਾ ਵੀ ਤੁਸੀਂ ਭਾਈ ਇੰਨੇ ਦਿਨ ਭਾਂਡੇ ਮਾਂਜੋ, ਆ ਬਾਣੀ ਪੜ੍ਹੋ, ਬਾਣੀ ਸੁਣੋ ਤੇ ਸਫਾਈ ਕਰੋ, ਤੇ ਉਹਦੇ ਨਾਲ ਕੀ ਹੋਣਾ ਸੀਗਾ, ਤੁਸੀਂ ਸੁਰਖਰੂ ਹੋ ਜਾਣਾ ਸੀ। ਅੱਜ ਤੁਹਾਨੂੰ ਇਸ ਗੱਲ ਲਈ ਜਿਹੜਾ ਸੀਗਾ ਜਿਹੜਾ ਕੇਜਰੀਵਾਲ ਦੇ ਆਉਣ ਤੇ ਜਾਂ ਕੁੰਵਰ ਵਿਜੇ ਪ੍ਰਤਾਪ ਨੂੰ ਦੇਖ ਕੇ ਚੀਕਾਂ ਮਾਰਨੀਆਂ ਪੈਂਦੀਆਂ, ਤੁਹਾਨੂੰ ਤੁਹਾਡੇ ਮਨ ਨੂੰ ਹੋਣਾ ਸੀਗਾ ਕਿ ਠੀਕ ਆ ਜੀ ਸਾਡੇ ਧਰਮ ਦੀ ਮਰਿਆਦਾ ਅਨੁਸਾਰ ਅਸੀਂ ਅਕਾਲ ਤਖ਼ਤ ਸਾਹਿਬ ਤੇ ਪੇਸ਼ ਹੋ ਚੁੱਕੇ। ਪਰ ਜਿਹੜਾ ਹੰਕਾਰ ਆ, ਜਿਹੜੀ ਹੈਂਕਰ ਦਿਮਾਗ ਨੂੰ ਚੜਿਆ ਹੋਇਆ ਫਤੂਰ ਆ ਜਿਹੜਾ ਸੁਖਬੀਰ ਸਿੰਘ ਬਾਦਲ ਦੇ, ਉਹ ਕਿੱਥੇ ਟਿਕਣ ਦਿੰਦਾ ਜੀ। ਸੋ ਜਿਹੜਾ ਅੱਜ ਇਹ ਭਾਣਾ ਵਾਪਰਿਆ, ਇਹਦੇ ਨਾਲ ਜਿਹੜਾ ਮਾੜਾ ਮੋਟਾ ਜਿਹਾ ਬਿੱਲ ਨੂੰ ਢਾਰਸ ਜੀ ਦਿੱਤੀ ਸੀਗੀ ਵੀ ਆਪਣਾ ਹੋ ਗਿਆ ਬਸਪਾ ਨਾਲ ਸਮਝੌਤਾ, ਸ਼ਾਇਦ ਆਪਣੀਆਂ ਵੋਟਾਂ ਵੱਧ ਜਾਣ ਤੇ ਆਪਾਂ ਸੱਤਾ ਸੁੱਤਾ ਦੁਬਾਰਾ ਫੇਰ ਮਾਣ ਲਈਏ, ਤੇ ਵੈਸੇ ਸਮਝ ਨਹੀਂ ਆਉਂਦੀ ਕਿ ਕਿਹੜੇ ਹਿਸਾਬ ਨਾਲ ਕਹਿੰਦੇ ਸਰਕਾਰ ਬਣਾ ਜਾਣੀ ਆ ਅਕਾਲੀ ਦਲ ਨੇ। ਇਹੀ ਇਹਨਾਂ ਦੇ ਨਾਲ ਦੇ ਜਿਹੜੇ ਭਾਜਪਾ ਵਾਲੇ ਆ ਪਤੀ ਪਤਨੀ ਵਾਲੇ, ਉਹ ਵੀ ਆਈ ਕਮਲ ਮਾਰਦੇ ਫਿਰਦੇ ਆ, ਕਹਿੰਦੇ 117 ਅਨਿਲ ਜੋਸ਼ੀ ਕਹਿੰਦਾ ਹੈਗਾ ਮੈਨੂੰ ਦੱਸਦਾ ਦਿਓ ਵੀ ਭਾਈ ਆਪਾਂ ਕਿਹੜੇ ਕਿਹੜਾ ਤਰੀਕੇ ਨਾਲ ਜਿੱਤਣੀ ਹੈ। ਸੋ ਜਿਹੜਾ ਕੰਮ ਭਾਜਪਾ ਵਾਲੇ ਕਮਲ ਕੁੱਟਦੇ ਫਿਰਦੇ ਆ, ਉਹੀ ਸਰਦਾਰ ਸੁਖਬੀਰ ਸਿੰਘ ਬਾਦਲ ਹੋਣੀ ਲੱਗੇ ਹੋਏ ਨੇ, ਆਉਣ ਵਾਲੇ ਦਿਨਾਂ ਦੇ ਵਿੱਚ ਸਿਆਸੀ ਘਸਮਾਨ ਹੋਰ ਜ਼ਿਆਦਾ ਮਚੂਗਾ। ਪਰ ਜੇਕਰ ਇਹਦੇ ਉੱਤੇ ਕੋਈ ਕਹੇ ਵੀ ਆਪਾਂ ਬੜੇ ਖੁਸ਼ ਹੋ ਜਾਈਏ ਵੀ ਲਓ ਜੀ ਬਾਦਲ ਦਲ ਦਾ ਆਹ ਹੋ ਗਿਆ, ਆਹ ਜੀ ਕੈਪਟਨ ਕਾਂਗਰਸ ਦਾ ਆਹ ਹੋ ਗਿਆ, ਇਹ ਗੱਲਾਂ ਨਹੀਂ, ਇਹ ਸਾਡੇ ਲਈ ਬੜੇ ਚਿੰਤਾ ਵਾਲੇ ਦਿਨ ਨੇ। ਪੰਜਾਬ ਦੀ ਧਰਤੀ ਹੋਵੇ ਤੇ ਸਾਡੇ ਇਸ਼ਟ ਦੀ ਬੇਅਦਬੀ ਹੋਵੇ ਤੇ ਬੇਅਦਬੀ ਕਰਨ ਵਾਲੇ ਖੁੱਲੇ ਘੁੰਮ ਰਹੇ ਹੋਣ ਤੇ ਅਸੀਂ ਕੁਛ ਕਰ ਨਾ ਸਕਦੇ ਹੋਈਏ, ਇਹਦੇ ਨਾਲੋਂ ਮਾੜੇ ਦਿਨ ਕਦੋਂ ਹੋਣਗੇ। ਜਿਹੜਾ ਕਹਿੰਦੇ ਹੁੰਦੇ ਸੀ ਨਾ ਪੰਥ ਖਤਰੇ 'ਚ ਆ, ਅੱਜ ਪੰਥ ਵਾਕਿਆ ਹੀ ਖਤਰੇ 'ਚ ਆ, ਪਰ ਅੱਜ ਕਿਸੇ ਬਾਦਲ ਦਲ ਦੇ ਕਿਸੇ ਅਕਾਲੀ ਦੇ ਮੂੰਹ ਚੋਂ ਨਹੀਂ ਨਿਕਲ ਰਿਹਾ ਕਿ ਇੰਨੇ ਭਿਆਨਕ ਸਮੇਂ ਆ ਚੁੱਕੇ ਆ ਕਿ ਸਾਡੇ ਇਸ਼ਟ ਦੀ ਬੇਅਦਬੀ ਹੋ ਗਈ ਆ ਤੇ ਸਾਡੇ ਤੋਂ ਕੁਛ ਹੋ ਨਹੀਂ ਰਿਹਾ। ਖੈਰ ਸਮਾਂ ਜਿਹੜਾ ਹੈਗਾ ਉਹ ਸਾਰੇ ਸਵਾਲਾਂ ਦਾ ਜਵਾਬ ਹੈ, ਇਤਿਹਾਸ ਆਪਦੀ ਰਾਹ ਵਿੱਚ ਅੱਗੇ ਵੱਧ ਰਿਹਾ, ਸੱਚੇ ਪਾਤਸ਼ਾਹ ਕਿਰਪਾ ਕਰਨ ਸਾਨੂੰ ਸਮਰੱਥਾ ਬਖਸ਼ਣ, ਅਸੀਂ ਇਹਨਾਂ ਗੁੰਝਲਦਾਰਿਆਂ ਦੇ ਵਿੱਚੋਂ ਨਿਕਲ ਕੇ ਪੰਥ ਦੀ ਚੜ੍ਹਦੀ ਕਲਾ ਵਾਲੇ ਮਾਰਗ ਤੇ ਚੱਲ ਸਕੀਏ। ਇੰਨੀਆਂ ਬੇਨਤੀਆਂ ਪ੍ਰਵਾਨ ਕਰਿਓ, ਬੋਲਦਿਆਂ ਕੋਲੋਂ ਕੋਈ ਸ਼ਬਦ ਉੱਚਾ ਨੀਵਾਂ ਬੋਲਿਆ ਗਿਆ ਹੋਵੇ ਸੰਗਤ ਬਖਸ਼ਣਯੋਗ ਹੈ। ਨਾਨਕ ਨਾਮ ਚੜ੍ਹਦੀ ਕਲਾ, ਤੇਰੇ ਭਾਣੇ ਸਰਬੱਤ ਦਾ ਭਲਾ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।